ਪੰਜਾਬ ਟੈਲੀਵਿਜ਼ਨ ਤੇ ਤੁਹਾਡਾ ਸਵਾਗਤ ਹੈ। 2023 ਜਾ ਰਿਹਾ ਹੈ ਤੇ 2024 ਆ ਰਿਹਾ ਹੈ ਤੇ ਸਾਰੀ ਦੁਨੀਆ ਖੁਸ਼ਾਮਦੀਦ ਕਹੇਗੀ, ਪਰ 23 ਦੇ ਵਿੱਚ ਪੰਜਾਬ, ਪੰਜਾਬੀਆਂ, ਪੰਥਕ ਸਾਈਡ ਕਿਸ ਵੱਡੀਆਂ ਵੱਡੇ ਮੁੱਦੇ ਸਾਡੇ ਇਰਦ ਗਿਰਦ ਰਹੇ, ਸਾਡੇ ਦਿਮਾਗਾਂ ਨੂੰ ਜਿਹਨਾਂ ਨੇ ਕੈਚ ਕਰੀ ਰੱਖਿਆ ਜਾਂ ਜਿਹੜੀਆਂ ਸਾਡੀਆਂ ਬਹਿਸਾਂ ਨੇ ਉਹਦੇ ਤੇ ਧਿਆਨ ਕੇਂਦਰਿਤ ਕਰੀ ਰੱਖਿਆ, ਜਾਂ ਕਿਹੜੇ ਕਿਹੜੇ ਵਾਅਦੇ, ਕਿਹੜੇ ਕਿਹੜੇ ਦਾਅਵੇ ਸਰਕਾਰਾਂ ਕਰਦੀਆਂ ਰਹੀਆਂ ਤੇ ਉਹ ਕਿੰਨੇ ਕੁ ਪੂਰ ਉਤਰੇ ਉਸ ਮਾਮਲੇ ਦੇ ਉੱਤੇ, ਕਿਉਂਕਿ ਪਿੱਛਲ ਝਾਤ ਮਾਰ ਕੇ ਪੂਰੇ ਸਾਲ ਦੀ, ਉੱਥੋਂ ਹੀ ਅੱਗੇ ਦੀਆਂ ਕੋਈ ਉਮੀਦਾਂ ਮੱਝਦੀਆਂ ਨੇ ਜਾਂ ਕੀ ਹੋ ਸਕਦਾ ਕੀ ਨਹੀਂ, ਜਾਂ ਸੰਭਾਵਨਾਵਾਂ ਪੈਦਾ ਹੁੰਦੀਆਂ ਨੇ। ਔਰ ਇਸ ਕਰਕੇ ਅੱਜ ਅਸੀਂ 2023 ਦੇ ਪਿਛੋਕੜ ਚ ਮੋਟੀਆਂ ਜੋ ਉਹਦੀਆਂ ਘਟਨਾਵਾਂ ਨੇ, ਕਿਉਂਕਿ ਸਾਲ ਚ ਬਹੁਤ ਕੁੱਝ ਵਾਪਰਦਾ, ਦੁਨੀਆਂ ਚ, ਦੇਸ਼ ਚ, ਪੰਜਾਬ ਚ ਵੀ ਹੋਰ ਬਹੁਤ ਚੀਜ਼ਾਂ ਵਾਪਰਦੀਆਂ ਨੇ, ਉਹਦੀਆਂ ਕੁੱਝ ਮੋਟੀਆਂ ਘਟਨਾਵਾਂ ਜਿਹਨਾਂ ਨੇ ਇਮੈਜੀਨੇਸ਼ਨ ਕੈਚ ਕਰੀ ਰੱਖੀ ਹੈ, ਕਲਪਨਿਕ ਤੌਰ ਦੇ ਉੱਤੇ ਲੋਕਾਂ ਦੇ ਦਿਮਾਗਾਂ ਨੂੰ ਆਪਣੇ ਵੱਲ ਆਕਰਸ਼ਿਤ ਕੀਤਾ, ਖਿੱਚਿਆ ਤੇ ਉਹਨਾਂ ਤੇ ਕੋਈ ਨਾ ਕੋਈ ਡਿਬੇਟ ਸਮਾਜ ਦੇ ਵਿੱਚ ਲਗਾਤਾਰ ਪੈਦਾ ਹੋਈ ਹੈ, ਪੋਲੀਟੀਕਲ ਖੇਤਰ ਚ, ਸਮਾਜਿਕ ਖੇਤਰ ਚ, ਧਾਰਮਿਕ ਖੇਤਰ ਚ, ਵੱਖ ਵੱਖ ਮਾਮਲਿਆਂ ਦੇ ਵਿੱਚ ਜਿਹੜੀਆਂ ਇਹ ਘਟਨਾਵਾਂ ਜਿਹੜੀਆਂ ਵਾਪਰੀਆਂ ਨੇ। ਔਰ ਇਸ ਦੇ ਵਿੱਚ ਸ਼ੁਰੂ ਤੋਂ ਲੈ ਕੇ ਲਗਾਤਾਰ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਗੌਰਮੈਂਟ ਬਣੀ, ਉਹਦੇ ਕਿਹੜੇ ਕਿਹੜੇ ਵਾਅਦੇ ਸੀਗੇ ਤੇ ਕਿੱਥੇ ਕਿੱਥੇ ਹੋਏ ਤੇ ਗੌਰਮੈਂਟ ਦੇ ਵਿੱਚ ਕਿਹੜੇ ਕਿਹੜੇ ਸੰਕਟ ਸਾਹਮਣੇ ਆਏ, ਉਹ ਲਗਾਤਾਰ ਸਾਲ ਭਰ ਤੇ ਗਵਰਨਰ ਤੇ ਚੀਫ ਮਿਨਿਸਟਰ ਦਾ ਟਕਰਾਅ ਹੋਵੇ, ਉਹ ਅੰਮ੍ਰਿਤਪਾਲ ਦਾ ਵਰਤਾਰਾ ਹੋਵੇ, ਬੰਦੀ ਸਿੰਘਾਂ ਦਾ ਸਵਾਲ ਹੋਵੇ, ਰਾਜੋਆਣਾ ਦਾ ਮਾਮਲਾ ਹੋਵੇ, ਸ਼੍ਰੋਮਣੀ ਕਮੇਟੀ ਤੇ ਸਰਕਾਰ ਚ ਟਕਰਾਅ ਹੋਵੇ, ਵੱਖ ਵੱਖ ਚਾਹੇ ਉਹ ਐਕਟ ਨੂੰ ਆ ਕੇ ਧਿਆਨ ਦੇ ਵਿੱਚ ਰੱਖ ਕੇ ਜਿਹੜਾ ਬ੍ਰੌਡਕਾਸਟਿੰਗ ਐਕਟ ਬਣਾਉਣ ਦਾ ਕੁਐਸਚਨ ਸੀ ਸਟੇਟ ਗੌਰਮੈਂਟ ਨੇ ਲਿਆਂਦਾ, ਔਰ ਉਹ ਇੱਕ ਵੱਡੇ ਇਵੈਂਟ ਦੇ ਤੌਰ ਤੇ ਦੇਖਿਆ ਜਾਏਗਾ, ਪ੍ਰਕਾਸ਼ ਸਿੰਘ ਬਾਦਲ ਦਾ ਜਿਹੜਾ ਜਾਣਾ ਹੋਵੇ ਦੁਨੀਆਂ ਤੋਂ, ਬਹੁਤ ਲੰਮਾ ਸਮਾਂ ਪੰਜਾਬ ਦੀ ਸਿਆਸਤ ਦੇ ਉੱਤੇ ਲਗਾਤਾਰ ਪ੍ਰਾਈਮ ਸ਼ਖਸੀਅਤ ਦੇ ਵਜੋਂ ਰਹਿੰਦੇ ਹੋਏ ਤੇ ਜਦੋਂ ਗਏ ਤਾਂ ਉਹਦਾ ਕੀ ਅਸਰ ਜਾਂ ਕਿਸ ਲੈਵਲ ਦੀ, ਉਹਨਾਂ ਤੇ ਵੀ ਡਿਬੇਟ ਹੋਈ, ਡਿਸਕਸ਼ਨਾਂ ਹੋਈਆਂ। ਔਰ ਨਸ਼ਿਆਂ ਦਾ, ਮਾਈਨਿੰਗ ਦਾ, ਸਰਕਾਰਾਂ ਚਲਾਉਣ ਦਾ, ਪ੍ਰਸ਼ਾਸਨਿਕ ਤੰਤਰ ਦਾ, ਇਹ ਕਾਫੀ ਮੁੱਦੇ ਜਿਹੜੇ ਉਸ ਪੱਧਰ ਦੇ ਉੱਤੇ ਜਾਣੇ ਪਛਾਣੇ ਰਹੇ ਨੇ। ਤੇ ਇਹਦੇ ਨਾਲ ਹੀ ਸਿੱਖ ਡਾਇਸਪੋਰਾ ਦੇ ਵਿੱਚ, ਚਾਹੇ ਉਹ ਕੈਨੇਡਾ ਨਾਲ ਸੰਬੰਧਾਂ ਦਾ ਸਵਾਲ ਹੋਵੇ, ਅਮਰੀਕਾ ਨਾਲ ਸੰਬੰਧਾਂ ਦਾ ਸਵਾਲ ਹੋਵੇ, ਜਿਹਨਾਂ ਦਾ ਅਸਰ ਪੰਜਾਬ ਤੇ ਬੜਾ ਤੇਜ਼ੀ ਨਾਲ ਪੈਂਦਾ ਹੈ ਹਮੇਸ਼ਾ ਹਰ ਘਟਨਾ ਦਾ, ਇਹੋ ਜਿਹਾ ਘਟਨਾਵਾਂ ਦਾ, ਉਹਨਾਂ ਤੇ ਜ਼ਿਕਰ ਕਰਾਂਗੇ। ਮੇਰੇ ਨਾਲ ਨੇ ਉੱਘੇ ਪੱਤਰਕਾਰ, ਇਤਿਹਾਸਕਾਰ ਸਰਦਾਰ ਜਗਤਾਰ ਸਿੰਘ। ਸਵਾਗਤ ਹੈ ਸਰ। ਥੈਂਕ ਯੂ ਜੀ। ਆਪਾਂ ਜੇ ਇਕੱਲੇ ਇਕੱਲੇ ਦੀ ਗੱਲ ਜਿਵੇਂ ਆਪਾਂ ਸ਼ੁਰੂਆਤ ਕਰਦੇ ਹਾਂ, ਪਹਿਲਾਂ ਗੌਰਮੈਂਟ ਦਾ ਸਵਾਲ ਹੈ ਕਿ ਗੌਰਮੈਂਟ ਦੀਆਂ ਜਿਹੜੀਆਂ ਕਾਰਗੁਜ਼ਾਰੀਆਂ। ਸਮੀਰ ਜੀ, ਆਪਾਂ ਥੋੜਾ ਜਿਹਾ ਐਂ ਕਰਦੇ ਹਾਂ ਤੇ ਇਹ ਗੌਰਮੈਂਟ ਵਾਲਾ ਤੁਸੀਂ ਸ਼ੁਰੂ ਕਰ ਲਓ, ਆਪਾਂ ਫਿਰ ਅੱਗੇ ਡਿਟੇਲ ਸਾਰੇ ਡਿਸਕਸ ਕਰਦੇ ਹਾਂ। ਮੈਂ ਪਹਿਲਾਂ ਇੱਕੋ ਹੀ ਗੱਲ ਕਰੂੰਗਾ ਕਿ ਆਮ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਜਦੋਂ ਸਾਲ ਬਦਲਦਾ ਹੈ ਕਿ ਉਹਦੇ ਨਾਲ ਕੋਈ ਤਬਦੀਲੀ ਆਉਂਦੀ ਹੈ, ਸਰਕਾਰਾਂ ਉਹਨਾਂ ਵਾਸਤੇ ਕੀ ਕਰਦੀਆਂ, ਕੀ ਲੇਖਾ ਜੋਖਾ ਨਵਾਂ ਹੁੰਦਾ ਹੈ, ਸਰਕਾਰਾਂ ਕੀ ਵਾਅਦੇ ਕਰਦੀਆਂ, ਕਿੰਨੇ ਪੂਰੇ ਉਤਰਤੇ ਹੈ, ਕਿਉਂਕਿ ਬੇਸਿਕਲੀ ਇਹ ਜਿਹੜੀ ਨਵੇਂ ਸਾਲ ਦੀ ਕੋਨਸੈਪਟ ਹੈਗੀ ਹੈ ਇਹ ਪਿਛਲੇ ਮਨਾਉਣ ਦੀ, ਚਲੋ ਸਾਲ ਤਾਂ ਬਦਲਦੇ ਹੀ ਹੈ, ਇਹ ਮਾਰਕੀਟਿੰਗ ਇਹਦੀ ਜ਼ਿਆਦਾ ਸ਼ੁਰੂ ਹੋ ਗਈ ਇੱਕ ਲੈਵਲ 'ਤੇ ਆ ਕੇ। ਬੇਸਿਕ ਇਸ਼ੂ ਹੁੰਦਾ ਹੈ ਕਿ ਸਰਕਾਰਾਂ ਦਾ ਜਿਹੜਾ ਲੋਕਾਂ ਦੇ ਨਾਲ ਇੰਟਰੈਕਸ਼ਨ ਹੈ, ਲੋਕਾਂ ਦੇ ਨਾਲ ਸੰਬੰਧ ਹੈ, ਕਿ ਸਾਲ ਆਉਣ ਦੇ ਨਾਲ, ਸਾਲ ਜਾਣ ਦੇ ਨਾਲ ਉਹਦੇ 'ਤੇ ਕੋਈ ਫਰਕ ਪੈਂਦਾ। ਸੋ ਆਪਾਂ ਸਾਰੀ ਗੱਲ ਹੀ ਕਰਦੇ ਹਾਂ, ਮੇਰਾ ਖਿਆਲ ਤੁਸੀਂ ਜੇ ਸ਼ੁਰੂ ਕਰ ਲਓ ਇਹ ਸਰਕਾਰ ਦੇ ਜਿਹੜੀ ਇਹਨਾਂ ਨੇ ਵਾਅਦਾ ਕੀਤੇ ਸੀਗੇ ਅਤੇ ਕਿੰਨੇ ਖਰੇ ਉਤਰੇ ਹੈ, ਅਤੇ ਫਿਰ ਆਪਾਂ ਗੱਲ ਅੱਗੇ ਤੋਰਦੇ ਹਾਂ ਸਾਰੀ, ਕਿਉਂਕਿ ਇਸ ਸਾਲ ਦੇ ਵਿੱਚ ਕਾਫੀ ਕੁਛ ਵਾਪਰਿਆ ਅਤੇ ਪੰਜਾਬ ਦਾ ਜਿਹੜਾ ਮਾਹੌਲ ਹੈ
ਉਹ ਗਰਮ ਰਿਹਾ ਤੇ ਹੁਣ ਵੀ ਗਰਮ ਹੈ। ਇਸ ਸਾਰੇ ਮਾਮਲਿਆਂ ਦੇ ਵਿੱਚ ਸਰਕਾਰ ਨੇ ਕੁਝ ਵਾਅਦੇ ਤਾਂ ਉਹ ਕੀਤੇ ਜਿਹੜੇ ਲਾਗੂ ਵੀ ਹੋਏ ਨੇ ਪੁਰਾਣੇ, ਉਹ ਕਿਉਂਕਿ 2022 ਚ ਹੀ ਵਾਅਦੇ ਕੀਤੇ ਸੀ ਉਹਨਾਂ ਦੀ ਇੰਪਲੀਮੈਂਟ, 300 ਯੂਨਿਟ ਫ੍ਰੀ ਬਿਜਲੀ ਖੇਤੀ ਲਈ ਫ੍ਰੀ ਬਿਜਲੀ ਜਾਰੀ ਰਹੂਗੀ, ਡਿਫਰੈਂਟ ਟਾਈਪ ਦੇ ਜਿਹੜੇ ਕੁਛ ਮਾਮਲੇ ਨੇ ਉਹ ਲੱਗੇਗਾ, ਤੀਰਥ ਯਾਤਰਾ ਸ਼ੁਰੂ ਕਰਤੀ, ਬਾਕੀ ਚੀਜ਼ਾਂ ਸ਼ੁਰੂ ਕਰਤੀਆਂ, ਪਰ ਪੰਜਾਬ ਦੇ ਕੁਝ ਕੰਪਲੈਕਸ ਮੁੱਦੇ ਤੇ ਇਕਾਨਮੀ ਨਾਲ ਰਿਲੇਟਡ ਵੀ ਇਹਨਾਂ ਨੇ ਵਾਅਦੇ ਕੀਤੇ ਸੀ ਕਿ ਇੱਥੋਂ ਮਾਈਨਿੰਗ ਤੋਂ ਇੰਨੇ ਪੈਸੇ ਆ ਜਾਣਗੇ ਸਾਨੂੰ, 20,000 ਕਰੋੜ ਦੇ ਲਗਭਗ, ਫਿਰ ਐਕਸਾਈਜ਼ ਤੋਂ ਇੰਨੇ ਪੈਸੇ ਆ ਜਾਣਗੇ, ਉਹਦੇ ਨਾਲ ਸਾਡੀ ਇਕਾਨਮੀ ਸੁਧਰ ਜੂ। ਪਰ ਉਦੋਂ ਉਲਟ ਤੱਥ ਜਿਹੜੇ ਨੇ ਉਹ ਸਾਡੇ ਸਾਹਮਣੇ ਆਉਂਦੇ ਨੇ, ਕਦੇ ਗਵਰਨਰ ਨੇ ਚਿੱਠੀ ਲਿਖ ਕੇ ਕਰਤੇ, ਕਦੇ ਕਿਸੇ ਨੇ, ਕਿ ਅਸੀਂ 50,000 ਕਰੋੜ ਤੋਂ ਜ਼ਿਆਦਾ ਕਰਜ਼ਾ ਉਠਾ ਚੁੱਕੇ ਹਾਂ, ਤਨਖਾਹਾਂ ਦੇਣ ਲਈ ਵੀ, ਬਾਕੀ ਦਾ ਕਰਜ਼ਾ ਮੋੜਨ ਦੇ ਲਈ ਵੀ। ਇਕਾਨਮੀ ਜਿਹੜੀ ਹੈ ਉਹ ਮੇਰੇ ਖਿਆਲ ਨਾਲ ਪਟੜੀ ਤੇ ਨਹੀਂ ਚੜੀ ਉਸ ਰੂਪ ਦੇ ਵਿੱਚ ਜਿਹੜਾ ਇਹਨਾਂ ਦਾ ਕਹਿਣਾ ਸੀ ਕਿ ਸਾਨੂੰ ਆਉਂਦੀ ਹੈ ਇਕਾਨਮੀ, ਕਿਉਂਕਿ ਇਕਾਨਮੀ ਬੇਸ ਬਣਦੀ ਹੈ ਫਿਰ ਉਹਦੇ ਤੇ। ਜੇ ਇਕਾਨਮੀ ਨਹੀਂ ਆ ਰਹੀ, ਪੈਸਾ ਨਹੀਂ ਆ ਰਿਹਾ, ਤਾਂ ਉਹਦੇ ਨਾਲ ਜਿਹੜੇ ਬਾਕੀ ਲੋਕਾਂ ਦੇ ਵਿੱਚ ਜਿਹਨੂੰ ਆਪਾਂ ਕਹਿੰਦੇ ਹਾਂ ਕੈਪੀਟਲ ਇਨਵੈਸਟਮੈਂਟ ਹੋਣੀ ਹੈ, ਕੋਈ ਮੇਨ ਬੁਨਿਆਦੀ ਢਾਂਚਾ ਜਿਹਨੂੰ ਆਪਾਂ ਕਹਿੰਦੇ ਹਾਂ ਸਟਰਕਚਰ ਖੜਾ ਕਰਨਾ ਹੈ, ਬਾਕੀ ਦੀਆਂ ਚੀਜ਼ਾਂ ਨੇ ਉਹਦੇ ਚੋਂ ਨੌਕਰੀਆਂ ਪੈਦਾ ਹੋਣਗੀਆਂ, ਬਾਕੀ ਉਹ ਜਦੋਂ ਇਕਾਨਮੀ ਨਹੀਂ ਵੱਧ ਰਹੀ ਹੁੰਦੀ ਜਾਂ ਤੁਹਾਡੇ ਕੋਲ ਪੈਸੇ ਨਹੀਂ ਪੱਲੇ ਹੁੰਦੇ ਸਰਕਾਰ ਦੇ, ਤਾਂ ਫਿਰ ਉਹਦੇ ਉੱਤੇ ਆਟੋਮੈਟਿਕਲੀ ਖੜੋਤ ਲੱਗਦੀ ਹੈ, ਤੁਸੀਂ ਪੇਸ਼ਕਾਰੀ ਜੋ ਮਰਜ਼ੀ ਕਰੀ ਜਾਓ ਪਰ ਉਸ ਲੈਵਲ ਤੇ ਨਹੀਂ ਆ ਰਹੀ। ਔਰ ਦੂਜੀ ਗੱਲ ਇਹ ਰਹੀ ਹੈ ਕਿ ਹਮੇਸ਼ਾ ਗੌਰਮੈਂਟ ਤੇ ਆਫ ਇੰਡੀਆ ਤੇ ਪੰਜਾਬ ਗੌਰਮੈਂਟ ਦਾ ਕਲੈਸ਼ ਰਿਹਾ ਲਗਾਤਾਰ, ਗਵਰਨਰ ਤੇ ਪੰਜਾਬ ਗੌਰਮੈਂਟ ਦਾ ਲਗਾਤਾਰ ਰਿਹਾ। ਹੁਣ ਤੁਸੀਂ 2-3 ਆਪਾਂ ਸੈਸ਼ਨਾਂ ਦੀ ਉਹ ਗੱਲ ਲੈ ਰਹੇ ਹਾਂ, ਵਾਰ ਵਾਰ ਸੁਪਰੀਮ ਕੋਰਟ ਜਾਣਾ ਪਿਆ, ਕਿੰਨੇ ਮੁੱਦੇ ਅਜੇ ਸੁਪਰੀਮ ਕੋਰਟ ਚ ਪੈਂਡਿੰਗ ਨੇ, ਰੂਰਲ ਡਿਵੈਲਪਮੈਂਟ ਫੰਡ ਦਾ ਪਿਆ, ਆਮ ਆਦਮੀ ਕਲੀਨਿਕ ਲਿਖਣ ਕਰਕੇ 650 ਕਰੋੜ ਤੋਂ ਜ਼ਿਆਦਾ ਇਹਦਾ ਹੈਲਥ ਡਿਪਾਰਟਮੈਂਟ ਦਾ ਉੱਥੇ ਰੁਕਿਆ ਪਿਆ, ਅਪ੍ਰੈਲ ਤੋਂ ਬਾਅਦ ਮਿਲਿਆ ਹੀ ਨਹੀਂ, ਕਿੰਨੇ ਹੋਰ ਜਿਹੜੇ ਇਸ਼ੂ ਨੇ ਉਹ ਪੈਂਡਿੰਗ ਪਏ ਨੇ ਹਜੇ। ਗਵਰਨਰ ਤੇ ਚੀਫ ਮਿਨਿਸਟਰ ਦੇ ਦਰਮਿਆਨ ਚਿੱਠੀ ਦਰ ਚਿੱਠੀ ਇੱਕ ਦੂਜੇ ਨਾਲ, ਇਹ ਅਜੇ ਉਹ ਸੁਲਝਿਆ ਮਾਮਲਾ ਨਹੀਂ, ਮਤਲਬ ਉਸੇ ਢੰਗ ਨਾਲ ਖੜਾ ਹੈ। ਇੱਕ ਤਾਂ ਇਹ ਬਹੁਤ ਬੜਾ ਕੁਐਸਚਨ ਸੀਗਾ। ਦੂਸਰਾ ਕੁਐਸਚਨ ਸੀਗਾ ਵੀ ਸ਼ਾਇਦ ਲਾਅ ਐਂਡ ਆਰਡਰ ਤੇ ਕੋਈ ਐਤਕੀ ਜ਼ਰੂਰ ਸਰਕਾਰ ਪੱਕੇ ਪੈਰੀ ਕੁਛ ਕਰੂਗੀ ਕਿਸੇ ਨਾ ਕਿਸੇ ਲੈਵਲ ਦੇ ਉੱਤੇ। ਲਾਅ ਐਂਡ ਆਰਡਰ ਨੂੰ ਲੈ ਕੇ ਇਹਨਾਂ ਨੇ ਇੱਕੋ ਕੰਮ ਤਾਂ ਕੀਤਾ, ਪਹਿਲਾਂ ਆ ਕੇ ਜੀ ਪੁਲਿਸ ਵਿੱਚ ਭਰਤੀ ਕਰ ਰਿਹਾ, ਉਹ ਪਹਿਲਾਂ ਤੋਂ ਭਰਤੀ ਹੈ ਵੀ ਸੀ, ਕੁਝ ਨਵੀਂ ਭਰਤੀ ਕੀਤੀ ਬਾਕੀ ਦੀਆਂ, ਪਰ ਲੋਕਾਂ ਦੇ ਸਾਹਮਣੇ ਜਿੰਨੇ ਗੋਲੀਆਂ ਨਾਲ ਬੰਦੇ ਮਰ ਰਹੇ ਨੇ, ਜਿੰਨੀ ਫਰੌਤੀ ਮੰਗੀ ਜਾ ਰਹੀ ਹੈ, ਜਿੰਨਾ ਬਾਕੀ ਦੀਆਂ ਚੀਜ਼ਾਂ ਨੇ, ਜਿੰਨੇ ਗੈਂਗਸਟਰ ਦੇ ਮਾਮਲੇ ਚ ਕੋਰਟਾਂ ਨੇ ਦੇ ਸਾਹਮਣੇ ਆਏ, ਉਹ ਵੀ ਸਾਡੇ ਸਾਹਮਣੇ ਸਵਾਲ ਅਜੇ ਓਪਨ। ਫਿਰ ਮਾਈਨਿੰਗ ਦਾ ਕੁਐਸਚਨ ਸੀਗਾ, ਜਿੱਥੋਂ ਪੈਸੇ ਆਉਣੇ ਸੀ ਇਲੀਗਲ ਮਾਈਨਿੰਗ ਦੇ ਮਾਮਲੇ, ਇੱਕ ਮਾਈਨਿੰਗ ਦਾ ਖਡੂਰ ਸਾਹਿਬ ਦਾ ਵੱਡਾ ਮਾਮਲਾ ਆਇਆ ਸੀ ਜਦੋਂ MLA ਦਾ ਜੀਜਾ ਫੜ ਲਿਆ ਸੀ, ਮੁੜ ਕੇ ਉਹ SSP ਬਦਲ ਦਿੱਤਾ ਗਿਆ ਤੇ ਬਾਕੀ ਪੁਲਿਸ ਵਾਲਿਆਂ ਦੇ ਖਿਲਾਫ਼ ਤਾਂ ਹੋ ਗਿਆ, ਜੀਜਾ ਜੀ ਦੇ ਖਿਲਾਫ਼ ਪਰਚਾ ਵੀ ਕਹਿੰਦੇ ਵਾਪਸ ਹੋ ਗਿਆ, ਤੇ MLA ਸਾਹਿਬ ਉਵੇਂ ਹੀ ਕਰ ਰਹੇ ਨੇ। ਜੇ ਗਰਾਊਂਡ ਤੇ ਜਾ ਕੇ ਫੜੇ ਸੀ ਤਾਂ ਫਿਰ ਉਹ ਮਾਮਲਾ ਕੀ ਹੋ ਗਿਆ ਪਤਾ ਹੀ ਨਹੀਂ ਲੱਗਿਆ ਉਦੋਂ ਬਾਅਦ ਕੀ ਹੋ ਰਿਹਾ। ਫਿਰ ਦੂਸਰੇ ਪਾਸੇ ਪਠਾਨਕੋਟ ਦੇ ਵਿੱਚ ਇੱਕ ਵੱਡੀ ਸ਼ਾਮਲਾਟ ਲੈਂਡ ਜਿਹੜੀ ਉਹ ਪ੍ਰਾਈਵੇਟ ਪਲੇਅਰਾਂ ਨੂੰ ਦੇਣ ਤੇ ਦੋ ਮੰਤਰੀਆਂ ਦਾ ਨਾਂ ਆ ਰਿਹਾ ਸੀਗਾ, ਲਗਾਤਾਰ ਵੱਡਾ ਮੁੱਦਾ ਸੀ, ਵਿੱਚ ਦਬ ਦੁੱਬ ਗਿਆ। ਫਿਰ ਕਟਾਰੂ ਚੱਕ ਦਾ ਮਾਮਲਾ ਇੱਕ ਆਮ ਗਰੀਬ ਬੰਦੇ ਦੇ ਨਾਲ ਸੰਬੰਧਿਤ ਆਇਆ, ਉਹ ਵੀ ਵਿੱਚ ਦਬ ਦੁੱਬ ਗਿਆ। ਹਾਂ, ਫੌਜਾ ਸਿੰਘ ਸਰਾਰੀ ਤੋਂ ਵਾਪਸ ਲਈ ਐਲੀਗੇਸ਼ਨ, ਉਹਨਾਂ ਤੇ ਲੱਗਿਆ ਕੋਈ RDO ਸੀਗੀ, ਮਿਨਿਸਟਰੀ ਚਲੀ ਗਈ, ਕੁਝ ਮਿਨਿਸਟਰਾਂ ਦੇ ਅਹੁਦੇ ਵੀ ਘਟਾਏ, ਕੁਝ ਦੇ ਡਿਪਾਰਟਮੈਂਟ, ਚਾਹੇ ਕੁਲਦੀਪ ਧਾਲੀਵਾਲ ਜਾਂ ਬਾਕੀ ਦੇ ਜਿੰਨੇ ਵੀ ਬੰਦੇ ਸੀ ਉਹ ਹੋਏ, ਉਸੇ ਕਰਕੇ ਉਹ ਸਾਰੀਆਂ ਚੀਜ਼ਾਂ ਚੱਲਦੀਆਂ ਨੇ। ਤੇ ਮਾਈਨਿੰਗ ਦੇ ਉੱਤੇ BSF ਨੇ ਵੀ ਐਫੀਡੈਵਿਟ ਫਾਈਲ ਕੀਤਾ, ਰਾਤ ਨੂੰ ਬਾਰਡਰ ਏਰੀਆ ਚ ਮਾਈਨਿੰਗ ਹੁੰਦੀ ਹੈ, ਇਹਦੇ ਤੋਂ ਵੀ ਪੰਜਾਬ ਗੌਰਮੈਂਟ ਤੇ ਹਾਈ ਕੋਰਟ ਨੇ ਫਟਕਾਰ ਲਗਾਈ, ਉਹ ਸਾਰੀਆਂ ਚੀਜ਼ਾਂ ਸਾਡੇ ਸਾਹਮਣੇ ਦਿਖਾਈ ਦੇ ਰਹੀਆਂ ਨੇ। ਇਸ ਤਰ੍ਹਾਂ ਨਸ਼ਿਆਂ ਦਾ ਸੀਗਾ ਕਿ ਨਸ਼ਿਆਂ ਨੂੰ ਅਸੀਂ ਬੰਦ ਕਰ ਦਾਂਗੇ, ਤੇ ਨਸ਼ੇ ਆਪਾਂ ਦੇਖਦੇ ਹਾਂ ਪਰਮਿੰਦਰ ਝੋਟੇ ਤੋਂ ਬਾਅਦ ਤਾਂ ਇਹ ਪਿੰਡ ਪਿੰਡ ਕਮੇਟੀਆਂ ਬਣਨ ਲੱਗ ਗਈਆਂ, ਲੋਕਾਂ ਦਾ ਭਰੋਸਾ ਲਗਭਗ ਪੁਲਿਸ ਤੋਂ ਜਿਵੇਂ ਉੱਠਦਾ ਨਜ਼ਰ ਆ ਰਿਹਾ। ਇਹ ਪੁਆਇੰਟ ਨੇ ਕੁਛ ਸਰਕਾਰ ਦੇ
ਕੰਮ ਕਰਨ ਦੇ ਨਜ਼ਰੀਏ, ਜਿਹਨਾਂ ਨੂੰ ਮੇਰੇ ਖਿਆਲ ਬਚਿਆ ਜਾਣਾ ਚਾਹੀਦਾ, ਜਿਹਨਾਂ ਤੇ ਚਰਚਾ ਦੀ ਲੋੜ, ਮੇਰੇ ਖਿਆਲ ਇੱਕ ਪਿੱਛੜ ਝਾਤ ਮਾਰਨੀ ਜ਼ਰੂਰੀ ਹੈ ਇਸ ਬਾਰੇ। ਜਦੋਂ ਅਸੀਂ ਗੱਲ ਕਰਦੇ ਹਾਂ ਸਰਕਾਰ ਦੀ ਕਾਰਗੁਜ਼ਾਰੀ ਦੀ ਜਾਂ ਸਿਆਸੀ ਪਾਰਟੀਆਂ ਦੇ ਲੇਖੇ ਜੋਖੇ ਦੀ, ਸਾਡੀ ਮਨਸ਼ਾ ਕਿਸੇ ਨੂੰ ਕ੍ਰਿਟੀਸਾਈਜ਼ ਕਰਨ ਦੀ ਨਹੀਂ ਹੁੰਦੀ। ਸਾਡਾ ਕੰਮ ਹੁੰਦਾ ਹੈ ਐਨਾਲਾਈਜ਼ ਕਰਨਾ ਤੇ ਅਸੈਸ ਕਰਨਾ। ਸੋ ਇਸੇ ਅਸੀਂ ਪੈਮਾਨੇ ਤੋਂ ਅੱਜ ਗੱਲ ਕਰ ਰਹੇ ਹਾਂ ਕਿ ਸਾਲ ਦੇ ਵਿੱਚ ਜਿਹੜੀ ਕਾਰਗੁਜ਼ਾਰੀ ਹੈ ਇਹਨਾਂ ਲੋਕਾਂ ਦੀ ਕੀ ਰਹੀ ਹੈ ਸਾਰਿਆਂ ਦੀ। ਨੈਚੁਰਲੀ ਪਹਿਲੀ ਗੱਲ ਸਰਕਾਰ ਦੀ ਹੁੰਦੀ ਹੈ ਵੀ ਸਰਕਾਰ ਦੀ ਪਰਫਾਰਮੈਂਸ ਤੇ ਲੋਕਾਂ ਦੀ ਸੈਟਿਸਫੈਕਸ਼ਨ, ਇਹ ਦੋ ਗੱਲਾਂ ਹੁੰਦੀਆਂ ਕਿ ਲੋਕ ਸੈਟਿਸਫਾਈਡ ਹੈਗੇ ਹੈ। ਜੇ ਸੈਟਿਸਫਾਈ ਹੈਗੇ ਹੈ ਤੇ ਉਹਦਾ ਪੈਮਾਨਾ ਕੀ ਹੈ। ਸਰਕਾਰ ਨੇ ਲੋਕਾਂ ਦੇ ਭਲੇ ਵਾਸਤੇ ਕੁਛ ਗੱਲਾਂ ਕੀਤੀਆਂ, ਜਿਹੜੀਆਂ ਗੱਲਾਂ ਕੀਤੀਆਂ ਅਸੀਂ ਉਹਨਾਂ ਦਾ ਵੈਲਕਮ ਕਰਦੇ। ਲੇਕਿਨ ਇੱਕ ਇਸ਼ੂ ਹੋਰ ਹੁੰਦਾ ਜਿਹਨੂੰ ਅਸੀਂ ਕਹਿੰਦੇ ਲਾ ਐਂਡ ਆਰਡਰ ਤੇ ਸਰਕਾਰ ਦੇ ਕੁਛ ਕਰੂਸ਼ੀਅਲ ਵਾਅਦੇ। ਦੂਜੇ ਸਾਲ ਦੇ ਵਿੱਚ ਸਰਕਾਰ ਸਟੇਬਲਾਈਜ਼ ਹੋ ਜਾਂਦੀ ਹੈ। ਇਹ ਇਸ ਪਾਰਟੀ ਦੇ ਕੰਟੈਕਸਟ ਦੇ ਵਿੱਚ ਜ਼ਿਆਦਾ ਜ਼ਰੂਰੀ ਸੀ ਕਿਉਂਕਿ ਇਹ ਕਿਹਾ ਜਾਂਦਾ ਵੀ ਨਾ ਤਜਰਬੇਕਾਰ ਲੋਕ ਸੀਗੇ ਤੇ ਪਹਿਲੇ 6 ਮਹੀਨੇ ਨਿਕਲ ਜਾਂਦੇ ਹੈ ਸਰਕਾਰ ਦੀ ਕਾਰਗੁਜ਼ਾਰੀ ਫੰਕਸ਼ਨਿੰਗ ਸਮਝਦੇ ਆ। ਸੋ ਉਹ ਤੋਂ ਸਮਾਂ ਪਿਛਲੇ ਸਾਲ ਇਹਨਾਂ ਦਾ ਪੂਰਾ ਹੋ ਗਿਆ ਸੀਗਾ। ਸੋ ਇਸ ਕਰਕੇ ਹੁਣ ਤੱਕ ਜਿਹੜੇ ਇਹ ਪੂਰਾ ਸਾਲ ਹੈ ਇਹਨਾਂ ਦਾ, ਇਹਦੇ ਵਿੱਚ ਇਹਨਾਂ ਨੇ ਕਿਵੇਂ ਕੰਮ ਕੀਤਾ, ਸਟੇਬਲ ਹੋ ਗਏ ਇਸ ਸਰਕਾਰ ਦੇ ਵਿੱਚ? ਠੀਕ ਹੈ, ਕੁਛ ਕਰੂਸ਼ਲ ਅਪਾਇੰਟਮੈਂਟਸ ਇਹਨਾਂ ਦੀਆਂ ਹਜੇ ਵੀ ਨਹੀਂ ਹੋਈਆਂ, ਜਿਹੜੀਆਂ ਪੋਸਟਾਂ ਖਾਲੀ ਹੋ ਗਈਆਂ, ਮਸਲਨ ਪ੍ਰਿੰਸੀਪਲ ਸੈਕਟਰੀ ਟੂ CM, ਇੰਨੇ ਚਿਰ ਦੀ ਪੋਸਟ ਖਾਲੀ ਪਈ ਹੈ ਰੈਗੂਲਰ ਦੀ, 4 ਦਿੱਤਾ ਵੇ। ਸੋ ਇਹ ਗੱਲਾਂ ਸਾਰੀਆਂ ਹੈਗੀਆਂ, ਕਿਤੇ ਕੁਛ ਚਿਰ ਮਾਸਕ ਲੱਗ ਜਾਂਦਾ ਸਰਕਾਰ ਦੀ ਕਾਰਗੁਜ਼ਾਰੀ 'ਤੇ। ਅਤੇ ਜਿਹੜਾ ਮੈਂ ਇਸ਼ੂ ਮੇਨ ਗੱਲ ਕਰ ਰਿਹਾ ਸੀਗਾ ਉਹ ਹੈ ਲਾ ਐਂਡ ਆਰਡਰ। ਰੋਜ਼ ਇਹ ਖਬਰਾਂ ਆਪਾਂ ਸਵੇਰੇ ਉੱਠਦੇ ਹੀ TV 'ਤੇ ਇਹ ਚੱਲ ਰਹੀਆਂ ਹੁੰਦੀਆਂ ਕਿ ਫਲਾਨੀ ਸਾਹ ਦੀ ਗੋਲੀ ਚੱਲ ਗਈ, ਲੁਕਵਾਂ ਖੁਆ ਹੋ ਗਈਆਂ, ਆਹ ਹੋ ਗਿਆ ਜੀ, ਬੰਦੇ ਮਰ ਗਏ। ਇੱਥੇ ਸਰਕਾਰ ਦੇ ਫੇਲਿਓਰ ਲਗਾਤਾਰ ਨਜ਼ਰ ਆ ਰਹੀ ਹੈ। ਅਤੇ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਵੀ ਜਦ ਤੱਕ ਇਹਦੀ ਅਕਾਊਂਟੇਬਿਲਟੀ ਪ੍ਰੋਪਰ ਨਹੀਂ ਹੁੰਦੀ, ਜਦ ਤੱਕ ਤੁਸੀਂ SSP ਨੂੰ ਔਰ SHO ਨੂੰ ਇਹਦੇ ਵਾਸਤੇ ਜਵਾਬਦੇਹ ਨਹੀਂ ਬਣਾਉਂਦੇ, ਉਦੋਂ ਤੱਕ ਇਹ ਸਿਚੁਏਸ਼ਨ ਇੰਪਰੂਵ ਕਰਨੀ ਔਖੀ ਹੁੰਦੀ ਹੈ। ਅਤੇ ਉਹਦੇ ਵਾਸਤੇ ਜ਼ਰੂਰੀ ਹੈ ਕਿ ਜਿਹੜੇ ਅਪਾਇੰਟਮੈਂਟਸ ਹੋਣੀਆਂ, ਐਕਸਪੈਕਟ ਤਾਂ ਇਹ ਕੀਤਾ ਜਾਂਦਾ ਹੈ ਵੀ ਕਿ CM ਹੀ ਕਰੇਗਾ, ਲੇਕਿਨ ਇੱਥੇ ਕੋਈ ਸਵਾਲ ਉੱਠ ਰਿਹਾ ਸਾਰੀ ਗੱਲ 'ਤੇ ਆ ਕੇ। ਇਸੇ ਕਰਕੇ ਜਿਹੜੀ ਅਕਾਊਂਟੇਬਿਲਟੀ ਹੈ ਉਹਦੀ ਸਮੱਸਿਆ ਮੇਰੇ ਖਿਆਲ ਦੇ ਵਿੱਚ ਆ ਰਹੀ ਹੈ। ਚਲੋ ਇਹ ਵੀ ਇਹਨਾਂ ਨੂੰ ਹੁਣ ਦਰੁਸਤ ਕਰ ਲੈਣੀ ਚਾਹੀਦੀ ਹੈ ਕਿ ਇਹ ਸਾਲ ਖਤਮ ਹੋ ਚੱਲਿਆ। ਲੋਕਾਂ ਦੇ ਵਿੱਚ ਜਿਹੜਾ ਸਹਿਮ ਹੈ ਨਾ, ਇਹ ਵੱਧਦਾ ਜਾ ਰਿਹਾ। ਹੁਣ ਕੋਟਕਪੂਰਾ ਲੇਟੈਸਟ ਐਗਜ਼ਾਮਪਲ ਹੈ। ਜੇ ਹੁਣ ਸਪੀਕਰ ਕੁਲਤਾਰ ਸਿੰਘ ਸੰਧਵਾ ਦਾ ਹਲਕਾ ਹੈ ਕੋਟਕਪੂਰਾ, ਜੇ ਉਹਨਾਂ ਨੂੰ ਖੁਦ ਲੈਟਰ ਲਿਖਣੀ ਪੈ ਜਾਏ ਔਰ ਲੋਕ ਸੜਕਾਂ 'ਤੇ ਆ ਜਾਣ, ਬਾਜ਼ਾਰ ਬੰਦ ਹੋ ਜਾਣ, ਤਾਂ ਇਹ ਸਮਝ ਆਉਂਦੀ ਹੈ ਕਿ ਸਿਚੁਏਸ਼ਨ ਕਿਸ ਪਾਸੇ ਜਾ ਰਹੀ ਹੈ। ਸੋ ਸਰਕਾਰਾਂ ਨੂੰ ਇਹੋ ਜਿਹੀ ਗੱਲ 'ਤੇ ਪਹਿਲੀ ਗੱਲ ਤਾਂ ਧਿਆਨ ਦੇਣਾ ਚਾਹੀਦਾ, ਪੂਰਾ ਧਿਆਨ ਤਾਂ ਸਰਕਾਰਾਂ ਦਿੰਦੀਆਂ, ਸਰਕਾਰ ਲੋਕ ਬਣਾਉਂਦੇ ਇਸੇ ਕਰਕੇ ਹੈਗੇ ਹੈ ਕਿ ਧਿਆਨ ਦਿੱਤਾ ਜਾਵੇ। ਨਸ਼ੇ ਹੈ, ਠੀਕ ਹੈ ਕਿ ਰਿਕਾਰਡ ਦੇ ਵਿੱਚ ਬੜੇ ਲੋਕ ਫੜੇ ਗਏ, ਰਿਕਵਰੀਆਂ ਬੜੀਆਂ ਹੋਈਆਂ, ਰਿਕਾਰਡ ਠੀਕ ਚੱਲ ਰਿਹਾ, ਲੇਕਿਨ ਗ੍ਰਾਸਰੂਟ 'ਤੇ ਸਿਚੁਏਸ਼ਨ ਕੀ ਹੈ? ਨਸ਼ਾ ਤਾਂ ਵੱਧ ਰਿਹਾ, ਔਰ ਨਸ਼ਾ ਇਕੱਲੇ ਪੰਜਾਬ 'ਚ ਨਹੀਂ, ਸਾਰੇ ਰੀਜਨ 'ਚ ਵੱਧ ਰਿਹਾ। ਅੱਜ ਉਹ ਹਰਿਆਣੇ ਤੋਂ ਖਬਰ ਛਪੀ ਹੈ ਉਹਨਾਂ ਦੇ ਅਪੋਜੀਸ਼ਨ ਲੀਡਰਸ ਦੀ, ਉਹ ਕਹਿੰਦੇ ਵੀ ਹਰਿਆਣਾ ਤਾਂ ਹੁਣ ਤਾਂ ਹਰਿਆਣਾ ਬਣ ਗਿਆ, ਹਿਮਾਚਲ ਦੀਆਂ ਵੀ ਖਬਰਾਂ ਇਹੀ ਆ ਰਹੀਆਂ। ਲੇਕਿਨ ਸਮੱਸਿਆ ਬੇਸਿਕਲੀ ਪੰਜਾਬ ਤੋਂ ਹੁੰਦੀ ਹੈ ਕਿਉਂਕਿ ਬਾਰਡਰ ਸਟੇਟ ਹੈ, ਇੱਥੇ ਪਾਕਿਸਤਾਨ 'ਚੋਂ ਵੀ ਆਉਂਦਾ ਅਤੇ ਕਸ਼ਮੀਰ 'ਚੋਂ ਵੀ ਨਸ਼ਾ ਬਹੁਤ ਆਉਂਦਾ।
ਸੋ ਉਹ ਹੋਰ ਥੋੜੀ ਜਿਹੀ ਸਖਤੀ ਕਰਨ ਦੀ ਲੋੜ ਹੈ ਤੇ ਇਹਨੂੰ ਸੋਸ਼ੋ ਇਕਨੋਮਿਕ ਲੈਵਲ ਤੇ ਵੀ ਟੈਕਲ ਕੀਤਾ ਜਾਵੇ। ਇਹ ਸਮੱਸਿਆ ਸਿਰਫ ਹਮੀਰ ਜੀ ਲਾ ਐਂਡ ਆਰਡਰ ਦੀ ਨਹੀਂ ਹੁੰਦੀ, ਜਿਹੜੀ ਇਹ ਨਸ਼ਿਆਂ ਦੀ ਹੁੰਦੀ ਹੈ ਨਾ, ਇਹ ਹੋਲਿਸਟਿਕ ਅਪਰੋਚ ਚਾਹੀਦੀ ਹੈ ਕਿ ਇਹਨੂੰ ਸਾਰੇ ਇਸ਼ੂਜ਼ ਲੈ ਕੇ ਇਹ ਫੈਲ ਕੇ ਹੋ ਰਿਹਾ ਗੱਲ ਇੱਥੇ ਹੁੰਦੀ ਹੈ। ਉਹਦੇ 'ਚ ਬੜੇ ਇਕਨੋਮਿਕ ਇਸ਼ੂਜ਼ ਵੀ ਆ ਜਾਂਦੇ ਆ, ਸੋਸ਼ਲ ਇਸ਼ੂਜ਼ ਵੀ ਆ ਜਾਂਦੇ ਆ। ਸੋ ਸਾਰੇ ਇਸ਼ੂਜ਼ ਨੂੰ ਸਾਹਮਣੇ ਰੱਖ ਕੇ ਉਹ ਸਟ੍ਰੈਟਜੀ ਬਣਾਉਣੀ ਚਾਹੀਦੀ ਹੈ ਤਾਂ ਕਿ ਇਹ ਇਸ਼ੂਜ਼ ਟੇਕ ਅਪ ਕੀਤੇ ਜਾ ਸਕਣ। ਸੋ ਇਹੋ ਜਿਹੀਆਂ ਕਈ ਇਹ ਸਮੱਸਿਆਵਾਂ ਲੋਕਾਂ ਦੀਆਂ ਹੈਗੀਆਂ। ਬਾਕੀ ਜਿੱਥੇ ਤੱਕ ਇੰਪਲਾਇਮੈਂਟ ਦਾ ਸਵਾਲ ਹੈਗਾ, ਸਰਕਾਰ ਨੇ ਵਾਅਦਾ ਕੀਤਾ ਸੀ ਨੌਕਰੀਆਂ ਦੇਵਾਂਗੇ, ਲੇਕਿਨ ਇੱਕ ਮੇਰੇ ਗੱਲ ਸਮਝ ਨਹੀਂ ਆਉਂਦੀ, ਗੱਲ ਇੱਥੇ ਹੀ ਨਹੀਂ ਕੇਂਦਰ ਸਰਕਾਰ ਦੇ ਵਿੱਚ ਵੀ ਹੈ। ਪਹਿਲਾਂ ਲੋਕਾਂ ਨੂੰ ਘਰ ਬੈਠਿਆਂ ਅਪਾਰਟਮੈਂਟ ਲੈਟਰ ਪਹੁੰਚ ਜਾਂਦੇ ਸੀ ਸਰਕਾਰੀ ਨੌਕਰੀਆਂ ਦੇ, ਹੁਣ ਉਹਦਾ ਸ਼ੋ ਆਫ ਕੀਤਾ ਜਾਂਦਾ। ਇਹ ਸਰਕਾਰ ਅਹਿਸਾਨ ਨਹੀਂ ਕਰ ਰਹੀ ਹੁੰਦੀ ਕਿਸੇ 'ਤੇ। ਜੇ ਕਿਤੇ ਇਹ ਸਿਸਟਮ ਕਿਤੇ ਨੌਕਰੀਆਂ ਦੇਣ ਦਾ ਸਲੋ ਡਾਊਨ ਹੋ ਗਿਆ ਸੀਗਾ ਓਪਨ ਮਾਰਕੀਟ ਇਕਾਨਮੀ ਆਉਣ ਤੋਂ ਬਾਅਦ, ਸਰਕਾਰਾਂ ਨੂੰ ਸਮਝ ਨਹੀਂ ਆਈ ਵੀ ਕਿਵੇਂ ਅੱਗੇ ਚੱਲਣਾ ਹੈ, ਅਤੇ ਬਿਊਰੋਕਰੇਸੀ ਨੇ ਬ੍ਰਾਇੰਡਲੀ ਇਹ ਜਿਹੜੀ ਫਰੀ ਮਾਰਕੀਟ ਇਕਾਨਮੀ ਹੈ ਉਹਦੇ ਟੂਲਸ ਨੂੰ ਇੰਪਲੀਮੈਂਟ ਕਰਨਾ ਸ਼ੁਰੂ ਕਰਤਾ ਅਤੇ ਸਰਕਾਰੀ ਨੌਕਰੀਆਂ ਖਤਮ ਕਰਨੀਆਂ ਸ਼ੁਰੂ ਕਰਤੀਆਂ। ਬਈ ਹੈਲਥ ਵੀ ਪ੍ਰਾਈਵੇਟ ਅਤੇ ਐਜੂਕੇਸ਼ਨ ਵੀ ਪ੍ਰਾਈਵੇਟ, ਉਹਦੇ ਜਿਹੜੀ ਮੈਸ ਕ੍ਰੀਏਟ ਹੋਈ ਹੈ ਉਹ ਹੁਣ ਸਾਂਭੀ ਜਾ ਰਹੀ ਹੈ। ਕੋਵਿਡ ਦੇ ਵਿੱਚ ਸਮਝ ਆ ਗਿਆ ਵੀ ਘੱਟੋ ਘੱਟ ਹੈਲਥ ਤਾਂ ਤੁਹਾਡੀ ਪ੍ਰਾਈਵੇਟ ਨਹੀਂ ਹੋ ਸਕਦੀ। ਸੋ ਇਹ ਖਾਸੇ ਲੰਬੇ ਚੌੜੇ ਇਸ਼ੂ ਸੀਗੇ ਜਿਹੜੇ ਹੁਣ ਟੈਕਲ ਹੋ ਰਹੇ ਹੈ। ਮੇਰੇ ਖਿਆਲ ਆਉਣ ਵਾਲੇ ਸਮੇਂ ਦੇ ਵਿੱਚ ਥੋੜ੍ਹੇ ਜਿਹੇ ਹੋਰ ਸਟ੍ਰੀਮ ਲਾਈਨ ਹੋ ਜਾਣਗੇ, ਲੇਕਿਨ ਜਿਹੜੀ ਟੋਟਲ ਫੰਕਸ਼ਨਿੰਗ ਆ ਸਰਕਾਰ ਦੀ ਉਹਦਾ ਇੱਕ ਇੰਡੀਕੇਟਰ ਹੋਰ ਵੀ ਹੁੰਦਾ। ਮੈਂ ਕਦੇ ਕਦੇ ਸੈਕਟਰੀਏਟ ਜਾਂਦਾ ਘੱਟ ਹੈ। ਮੈਂ ਲਾਸਟ ਟਾਈਮ ਗਿਆ ਤਾਂ ਸੈਕਟਰੀਏਟ ਬਿਲਕੁਲ ਸੁੰਨਸਾਨ ਸੀਗਾ। ਮੈਂ ਪੁੱਛਿਆ ਉੱਥੇ ਜਿਹੜੇ ਲੋਕ ਕੰਮ ਕਰਦੇ ਆ ਸਾਥੀਆਂ ਤੋਂ, ਮੈਂ ਕਿਹਾ ਵੀ ਕਿਵੇਂ ਆ, ਕਹਿੰਦੇ ਅੱਜ ਕੱਲ੍ਹ ਇਹੀ ਹੈ ਮਾਹੌਲ। ਇਹ ਪੰਜਾਬ ਸੈਕਟਰੀਏਟ ਦੇ ਵਿੱਚ ਪੂਰੀ ਰੌਣਕ ਹੁੰਦੀ ਸੀਗੀ। ਇਹ ਸਰਕਾਰ ਦੇ ਜਿਹੜੇ ਲੋਕਾਂ ਨਾਲ ਇੰਟਰੈਕਸ਼ਨ ਹੈ ਉਹਦਾ ਇੱਕ ਇੰਡੀਕੇਟਰ ਹੈ ਕਿ ਸਰਕਾਰ ਦੇ ਨਾਲ ਲੋਕਾਂ ਦਾ ਕੀ ਰਾਬਤਾ ਹੈ। ਮਿਨਿਸਟਰਾਂ ਦੇ ਕਮਰਿਆਂ ਦੇ ਬਾਹਰ, ਈਵਨ CM ਦੇ ਕਮਰੇ ਦੇ ਬਾਹਰ ਪੂਰੀ ਰੌਣਕ ਹੁੰਦੀ ਸੀਗੀ ਜੀ। ਇਹ ਹੌਲੀ ਹੌਲੀ ਵੀਰ ਜੀ ਇਹ ਜਿਹੜਾ ਰਿਸ਼ਤਾ ਸੀ ਨਾ, ਸਰਕਾਰਾਂ ਨੇ ਆਪਣੇ ਆਪ ਨੂੰ ਆਈਸੋਲੇਟ ਕਰ ਲਿਆ। ਹੁਣ ਉਹੀ ਜਿਹੜਾ ਫੈਨਾਮਨਾ ਹੈ ਉਹ ਹੋਰ ਤੇਜ਼ੀ ਨਾਲ ਅੱਗੇ ਵਧਿਆ। ਤੇਜ਼ੀ ਲਫ਼ਜ਼ ਮੇਰੇ ਖਿਆਲ ਗਲਤ ਹੈਗਾ, ਅਤੇ ਇਹ ਸਮੱਸਿਆ ਲਗਾਤਾਰ ਆ ਰਹੀ ਹੈ। ਇਹ ਲੋਕਾਂ ਦੇ ਨਾਲ ਜਿਹੜਾ ਡਾਇਰੈਕਟ ਇੰਟਰੈਕਸ਼ਨ ਹੈ, ਵੈਸੇ ਤਾਂ ਇਹ ਸਰਕਾਰ ਭਗਵੰਤ ਮਾਨ ਹੋਰ ਹੀ ਕਹਿੰਦੇ ਸੀ ਕਿ ਸਾਡੀ ਸਰਕਾਰ ਗਰਾਸਰੂਟ ਤੋਂ ਚੱਲੇਗੀ। ਹੁਣ ਘੁੰਮ ਵੀ ਬਹੁਤ ਰਹੇ ਹੈ, ਲੇਕਿਨ ਜਿਹੜੀ ਗਰਾਸਰੂਟ ਤੋਂ ਸਰਕਾਰ ਚੱਲਣ ਵਾਲੀ ਗੱਲ ਹੈ ਨਾ, ਇਨਵਾਲਵਮੈਂਟ ਉਹ ਹਜੇ ਬਹੁਤੀ ਨਜ਼ਰ ਨਹੀਂ ਆਉਂਦੀ। ਤੀਜੇ ਸਾਲ ਦੇ ਵਿੱਚ ਅਗਲੇ 'ਚ ਆਪਾਂ ਐਕਸਪੈਕਟ ਕਰਦੇ ਹਾਂ ਕਿ ਜਿਹੜੀ ਉਹ ਇਹਨਾਂ ਦਾ ਪ੍ਰੋਮਿਸ ਸੀ ਕਿ ਲੋਕਾਂ ਨੂੰ ਇਨਵਾਲਵ ਕਰਕੇ ਫੈਸਲੇ ਲਵਾਂਗੇ ਅਤੇ ਸਰਕਾਰ ਚਲਾਵਾਂਗੇ, ਉਹ ਸ਼ਾਇਦ ਅੱਗੇ ਵਧੇ। ਹਾਂ, ਦੋ ਤਿੰਨ ਚੀਜ਼ਾਂ ਹੁੰਦੀਆਂ ਨੇ ਜੀ, ਤੁਹਾਡਾ ਆਪੋਜੀਸ਼ਨ ਨਾਲ ਕਿਵੇਂ ਮਿਲ ਕੇ ਕੁਛ ਚੱਲਦਾ, ਸਹਿਚਾਰ ਬਣਿਆ ਹੋਇਆ ਨਹੀਂ ਬਣਿਆ ਹੋਇਆ, ਭਾਵੇਂ ਆਪੋਜੀਸ਼ਨ ਨੇ ਕ੍ਰਿਟੀਸਿਜ਼ਮ ਕਰਨਾ ਤੇ ਸਰਕਾਰ ਦੀ ਮੇਨ ਜ਼ਿੰਮੇਵਾਰੀ ਹੈ। ਜਿਵੇਂ ਅਸੈਂਬਲੀ ਦੇ ਵਿੱਚ ਆਪਾਂ ਦੇਖਿਆ ਤੂੰ ਤੂੰ ਮੈਂ ਹੁੰਦੀ ਹੈ, ਉਹੀ ਐਟੀਟਿਊਡ ਜਿਵੇਂ ਪਾਰਲੀਮੈਂਟ ਦੇ ਵਿੱਚ ਸੀ ਇੱਥੇ ਵੀ ਅਪਣਾਇਆ ਜਾਂਦਾ ਰਿਹਾ ਵੀ ਵਿਰੋਧੀ ਇਹਨਾਂ ਨੂੰ ਤਾਂ ਰਹਿਣ ਦਿਆ ਕਰੋ ਜੀ, ਸਪੀਕਰ ਸਾਹਿਬ ਆਪਾਂ ਚੀਫ ਮਿਨਿਸਟਰ ਦੀ ਇਹ ਗੱਲ ਸੁਣੀ ਆ ਵੀ ਇਹਨਾਂ ਨੂੰ ਤਾਂ ਚਾਹੇ ਨਾ ਹੀ ਬੁਲਾਇਆ ਕਰੋ। ਜਿਵੇਂ ਹੁਣ ਉਹ ਇੱਕ ਕਾਨਸਟੀਟਿਊਸ਼ਨ 'ਚ ਚੁਣੇ ਹੋਏ ਬੰਦੇ ਨੇ, ਸਪੀਕਰ ਸਾਹਿਬ ਕਿਵੇਂ ਉਹਨਾਂ ਨੂੰ ਰੋਕ ਦੇਣਗੇ ਜਾਂ ਨਾ ਬੁਲਾਉਣਗੇ। ਫਿਰ ਪਾਣੀਆਂ ਦਾ ਮੁੱਦਾ ਆਇਆ ਜਦੋਂ ਸੁਪਰੀਮ ਕੋਰਟ ਦੀ ਜੱਜਮੈਂਟ ਆ ਗਈ, ਇੱਥੇ ਸਰਵੇ ਹੋਏਗਾ। ਫਿਰ ਜਿਵੇਂ ਚੈਲੰਜ ਕੀਤਾ ਵੀ ਆ ਜਾਓ ਆਪਾਂ ਤੁਹਾਡੀਆਂ ਸਾਰੀਆਂ ਕਮਜ਼ੋਰ ਦੱਸਾਂਗੇ, ਉੱਥੇ ਆਪਾਂ ਆਹ ਕਰਾਂਗੇ। ਉਹ ਕੋਈ ਮਤਲਬ ਇੱਕ ਪਾਸੇ ਤਰੀਕਾ ਇਹ ਰਿਹਾ ਪਹਿਲਾਂ ਹਿਸਟਰੀ 'ਚ ਪੰਜਾਬ 'ਚ,
ਕਿ ਜਦੋਂ ਇਹੋ ਜਿਹਾ ਕ੍ਰਾਈਸਿਸ ਆਉਂਦਾ ਸੀ ਤਾਂ ਆਲ ਪਾਰਟੀ ਮੀਟਿੰਗ ਜਾਂ ਵਿਧਾਨ ਸਭਾ ਦਾ ਸੈਸ਼ਨ ਕਾਮਨ ਮਤੇ ਪੈ ਜਾਂਦੇ ਸੀ, ਕੁਝ ਮੁੱਦਿਆਂ ਤੇ ਪੰਜਾਬ ਐ ਯੂਨਾਈਟਿਡ ਦਿਖਾਈ ਦਿੰਦਾ ਸੀਗਾ ਕੁਛ ਮਾਮਲਿਆਂ ਤੇ। ਇਸ ਵਾਰੀ ਇਹ ਨਹੀਂ ਮੇਰੇ ਖਿਆਲ ਨਾਲ ਗੱਲ ਇੱਧਰ ਨੂੰ ਚੱਲੀ। ਜਿਹੜਾ ਲੁਧਿਆਣੇ ਆਪਾਂ ਸਿੰਗਲ ਵਿਅਕਤੀ ਡਿਬੇਟ ਦੇਖੀ ਹੈ ਜਿਸ ਢੰਗ ਨਾਲ ਹੋਈ ਹੈ, ਉਹ ਕੋਈ ਡਿਬੇਟ ਤਾਂ ਨਹੀਂ ਉਹਨੂੰ ਕਹਿ ਸਕਦੇ, ਕਿਉਂਕਿ ਔਰ ਉਹ ਮੇਰੇ ਖਿਆਲ ਬਾਕੀ ਬੰਦੇ ਇਸ ਲਈ ਨਹੀਂ ਜਾਣਦੇ ਵੀ ਜੇ ਸਾਡੀ ਉੱਥੇ ਉੱਥੇ ਇਹ ਹੋਏਗਾ ਕਿ ਤੁਸੀਂ ਆਪਣੇ ਬਿਠਾਉਣੇ ਹੋਣਗੇ, ਸਟੇਟ ਸੈਕਟਰੀ ਤੁਹਾਡਾ ਹੋਏਗਾ, ਉਹਨੇ ਕੀ ਪੁੱਛਣਾ ਕੀ ਨਹੀਂ ਤੁਸੀਂ ਡਿਸਾਈਡ ਕਰੋਗੇ, ਫਿਰ ਤਾਂ ਅਸੀਂ ਨਹੀਂ ਜਾਵਾਂਗੇ ਉਸ ਮਾਮਲੇ ਦੇ। ਔਰ ਕਈਆਂ ਨੇ ਇਹ ਵੀ ਕਿਹਾ ਵੀ ਸਾਨੂੰ ਤਾਂ ਆਫਿਸਰ ਸੱਦਾ ਹੀ ਕੋਈ ਨਹੀਂ, ਕਿਹਨੇ ਜਾਣਾ ਕਿਹਨੇ ਨਹੀਂ ਜਾਣਾ, ਕਿਵੇਂ ਹੈ ਸਰਕਾਰਾਂ ਨੋਰਮਲੀ ਬਕਾਇਦਾ ਇੱਕ ਰੂਟ ਵੀ ਕੌਣ ਲੈ ਕੇ ਜਾਏਗਾ, ਫਲਾਨੀ ਥਾਂ ਇੱਥੇ ਮਿਲਣਾ ਆਹ ਕਰਨਾ, ਇਹ ਚੀਜ਼ਾਂ ਵੀ ਇੱਕ ਮੇਰੇ ਖਿਆਲ ਨਾ ਫਲੋਰ ਦੇ ਉੱਤੇ ਮੈਨੇਜਮੈਂਟ ਪ੍ਰੋਪਰ ਹੋਈ ਨਾ ਇੱਥੇ, ਇਹ ਵੀ ਇੱਕ ਦਿਖਾਈ ਦੇ ਰਿਹਾ। ਕੰਟਰਡਿਕਸ਼ਨ ਗਵਰਨਰ ਨਾਲ ਆਈ, ਉਹ ਵੀ ਸੋਲਵ ਨਹੀਂ ਹੋਈ, ਹਾਲਾਂਕਿ ਗਵਰਨਰ ਦਾ ਰੋਲ ਉੱਥੇ ਜ਼ਿਆਦਾ ਨੈਗੇਟਿਵ ਬੜੀ ਵਾਰ ਰਹੇ ਉਸ ਮਾਮਲੇ ਚ, ਪਰ ਸਰਕਾਰ ਰਨ ਕਰਨੀ ਹੁੰਦੀ ਹੈ ਫਿਰ ਵੀ ਉਹਨੇ ਇੱਕ ਚੀਜ਼ਾਂ ਦੇਖਣੀਆਂ ਹੁੰਦੀਆਂ ਨੇ ਉਸ ਮਾਮਲੇ ਦੇ ਵਿੱਚ। ਤੇ ਪਰ ਆਪੋਜੀਸ਼ਨ ਵੀ, ਇਹ ਤਾਂ ਸਰਕਾਰ ਦਾ ਪੱਖ ਹੈ, ਆਪੋਜੀਸ਼ਨ ਵੀ ਸਰਕਾਰ ਲਈ ਕੋਈ ਬਹੁਤੀ ਚੁਣੌਤੀ ਨਹੀਂ ਖੜੀ ਕਰ ਪਾਈ, ਕਿਤੇ ਵੀ ਸੜਕ ਤੇ ਦਿਖਦੀ ਹੋਵੇ, ਲੋਕਾਂ ਦੇ ਮੁੱਦੇ ਮੋਬਲਾਈਜ਼ ਕਰਕੇ ਉੱਠਦੀ ਹੋਵੇ, ਕੋਈ ਇਹੋ ਜਿਹੀ ਗੱਲ ਤੁਹਾਡੇ ਸਾਹਮਣੇ ਦਿਖਦੀ ਹੋਵੇ, ਇਹੋ ਜਿਹੀ ਨਹੀਂ ਕਿਤੇ ਦਿਖੀ। ਮਤਲਬ ਆਪੋਜੀਸ਼ਨ ਵੀ ਐਕਚੁਅਲੀ ਜਿਵੇਂ ਜਾਂ ਤਾਂ ਕਦੇ ਪ੍ਰੈਸ ਕਾਨਫਰੰਸ ਕਰਤੀ, ਜਾਂ ਕਦੇ ਟਵੀਟ ਕਰਤਾ, ਜਾਂ ਕਦੇ ਮਾੜੀ ਮੋਟਾ ਲਾਈਵ ਹੋ ਗਿਆ ਕੋਈ ਬੰਦਾ, ਮੈਂ ਇਹ ਕੀਤਾ। ਜਿਹੜੀ ਪੋਲੀਟਿਕਸ ਹੁੰਦੀ ਹੈ ਲੋਕਾਂ ਚ ਜਾ ਕੇ ਲੋਕਾਂ ਨੂੰ ਮੋਬਲਾਈਜ਼ ਕਰਨ ਦੀ, ਕਾਂਗਰਸ ਵੀ ਆਪਸ ਦੇ ਵਿੱਚ ਜ਼ਿਆਦਾ ਲੜਦੀ ਹੈ, ਅੱਜ ਕੱਲ੍ਹ ਵੀ ਤੁਸੀਂ ਦੇਖੋ ਕਿ ਕਦੇ ਨਵਜੋਤ ਸਿੱਧੂ ਵਰਸਜ ਬਾਜਵਾ ਹੋ ਜਾਂਦਾ, ਕਦੇ ਕੋਈ ਹੋ ਜਾਂਦਾ, ਕਦੇ ਉਹ ਹਾਈਕਮਾਂਡ ਨਾਲ ਕਹਿੰਦੇ ਨੇ ਅਸੀਂ ਆਹ ਕਰਨਾ ਨਹੀਂ ਕਰਨਾ। ਅਕਾਲੀ ਆਪਣੀ ਰੌਲੇ ਰੱਪੇ ਚੋਂ ਨਹੀਂ ਨਿਕਲ ਪਾਏ, ਆਪਣਾ ਕ੍ਰਾਈਸਿਸ ਲਗਾਤਾਰ ਚੱਲ ਰਿਹਾ। ਮਤਲਬ ਜਿਹੜੀਆਂ ਮੇਜਰ ਧਿਰਾਂ ਸੀ ਉਹ ਵੀ ਕੋਈ ਇਸ ਸਾਲ ਦੇ ਵਿੱਚ ਨਹੀਂ ਬਹੁਤ ਕਰ ਪਾਈਆਂ। ਇੱਕ ਵੱਡੀ ਘਟਨਾ ਜਿਹੜੀ ਵਾਪਰੀ ਉਹ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੇ ਜਾਣ ਦੀ ਹੈਗੀ ਹੈ, ਚਲੋ ਉਹਨੂੰ ਅਕਾਲੀ ਦਲ ਨੇ ਕਾਫੀ ਹੱਦ ਤੱਕ ਇਹ ਕਿਹਾ ਵੀ ਕਿ ਹੁਣ ਉਹ ਇੱਕ ਪੂਰੀ ਤਰ੍ਹਾਂ ਲੀਡਰਸ਼ਿਪ ਸ਼ਿਫਟ ਦਾ ਇੱਕ ਮਾਮਲਾ ਸੀਗਾ ਕਿ ਹੁਣ ਕੀ ਕੀਤਾ ਜਾਣਾ ਕੀ ਨਹੀਂ, ਉਹ ਸਲਾਹ ਵੀ ਬੰਦ ਹੋ ਗਈ, ਬਾਕੀ ਚੀਜ਼ਾਂ ਨੇ, ਉਹਦਾ ਇੰਪੈਕਟ ਵੀ ਇੱਕ ਲੈਵਲ ਤੇ ਮੇਰੇ ਖਿਆਲ ਹੈ ਅਕਾਲੀ ਦਲ ਦੇ ਅੰਦਰੂਨੀ ਮਾਹੌਲ ਦੇ ਉੱਤੇ ਇੱਕ ਲੈਵਲ ਦਾ ਹੈ। ਨਹੀਂ ਤਾਂ ਕਿਤੇ ਨਾ ਕਿਤੇ ਸੰਕਟਾਂ ਦੇ ਵਿੱਚ ਜਦੋਂ ਸੁਖਬੀਰ ਬਾਦਲ ਪਿੱਛੇ ਹਟ ਜਾਂਦੇ ਸੀ ਤਾਂ ਬਾਦਲ ਸਾਹਿਬ ਉਹਨੂੰ ਸਮਝਾਉਣ ਦੀ ਮਾੜੀ ਮੋਟੀ ਟਰਾਈ ਕਰਦੇ ਸੀ, ਹਾਲਾਂਕਿ ਜਾਂਦੇ ਜਾਂਦੇ ਬਾਦਲ ਸਾਹਿਬ ਵੀ ਆਹ ਇਲੈਕਸ਼ਨ ਹਾਰ ਕੇ ਸਾਰਾ ਟੱਬਰ ਤੋਂ ਬਾਅਦ ਜੇ ਉਹ ਇੱਕ ਵਾਰ ਕਦੇ ਨਾ ਇਲੈਕਸ਼ਨ ਹਾਰਿਆ ਬੰਦਾ ਲਾਸਟ ਇਲੈਕਸ਼ਨ ਹਾਰ ਕੇ ਗਿਆ, ਉਹਦੀ ਵੀ ਇੱਕ ਆਪਣੇ ਆਪ ਦੇ ਵਿੱਚ ਦੇਣ ਵੀ ਹੈ ਪੰਜਾਬ ਨੂੰ ਕਈ ਮਾਮਲਿਆਂ ਦੇ ਵਿੱਚ। ਪਰ ਜਿਹੜਾ ਪੰਜਾਬ ਦੇ ਨਾਲ ਧੱਕੇ ਜਾਂ ਜੋ ਵੀ ਚੀਜ਼ਾਂ ਹੋਈਆਂ ਨੇ ਜਿਸ ਮਾਹੌਲ ਤੇ ਪੰਜਾਬ ਆ ਕੇ ਖੜ ਗਿਆ ਅੱਜ, ਤਾਂ ਇਹਦੀ ਜ਼ਿੰਮੇਵਾਰੀ ਵੀ ਆ ਉਹਨਾਂ ਦੀ, ਦੋਨੋਂ ਗੱਲਾਂ ਨੇ। ਇੱਕ ਚੀਜ਼ ਨਹੀਂ ਹੋ ਸਕਦੀ ਕਿ ਤੁਸੀਂ ਦੇਖੋ ਸ਼ੇਰਾ ਤਾਂ ਲਓ ਕਿ ਮੈਂ ਭਾਈਚਾਰਕ ਕਿਸਾਨ ਜਾ ਕੀਤਾ, ਪਰ ਤੁਸੀਂ ਉਹ ਓਨ ਨਾ ਕਰੋ ਜ਼ਿੰਮੇਵਾਰੀ ਜਿਹੜੀ ਦੂਜੀ ਹੁੰਦੀ ਹੈ, ਜਿਹੜੀਆਂ ਗੱਲਾਂ ਤੇ ਨੁਕਸਾਨ ਵੀ ਪੰਜਾਬ ਦੇ ਹੋਏ ਨੇ। ਔਰ ਉਹਨਾਂ ਸਾਰਿਆਂ ਕਰਕੇ ਲਗਾਤਾਰ ਪੰਥਕ ਸਿਫਟ ਜੇ ਬੋ, ਇਹ ਸਾਰੀਆਂ ਡਿਬੇਟਾਂ ਲਗਾਤਾਰ ਹੁੰਦੀਆਂ ਰਹੀਆਂ ਨੇ ਇਹਨਾਂ ਸਾਰੇ ਮਾਮਲਿਆਂ ਦੇ ਉੱਤੇ। ਔਰ ਇਸ ਕਰਕੇ ਜੇ ਆਪਾਂ ਇਹਨਾਂ ਗੱਲਾਂ ਨੂੰ ਵੀ ਦੇਖੀਏ ਕਿ ਆਪੋਜੀਸ਼ਨ ਦੇ ਰੋਲ ਨੂੰ ਵੀ, ਤਾਂ ਕੋਈ ਇਹੋ ਜਿਹਾ ਰੋਲ ਨਹੀਂ ਦਿਖਾਈ ਦਿੱਤਾ ਜਿਹਨਾਂ ਨੂੰ ਲੋਕ ਇਹ ਕਹਿਣ ਕਿ ਆਪੋਜੀਸ਼ਨ ਸਾਡੇ ਲਈ ਨਾ ਪਈ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਲਾਸਟ ਲੀਡਰ ਸੀਗੇ ਜਿਹਨਾਂ ਲੀਡਰਾਂ ਦੇ ਕਰਕੇ ਅਕਾਲੀ ਦਲ ਤੇ ਪੰਜਾਬ ਦੀ ਸਿਆਸਤ ਜਾਣੀ ਜਾਂਦੀ ਸੀਗੀ, ਵੱਡਾ ਕੱਦ ਸੀ ਬਹੁਤ। ਤੇ ਜੇ ਕੋਈ ਹੋਰ ਲੀਡਰ ਨੇੜੇ ਇਸ ਵੇਲੇ ਲੱਗਦਾ ਸੀਗਾ ਤੇ ਆਪਣੇ ਕੈਪਟਨ ਅਮਰਿੰਦਰ ਸਿੰਘ ਅਜੇ ਹੈਗੀ, ਲੇਕਿਨ ਕੈਪਟਨ ਆਪਣੇ ਸਰਦਾਰ ਬਾਦਲ ਦਾ ਜਿਹੜਾ ਕੱਦ ਹੈ ਉਹ ਇਹਨਾਂ ਤੋਂ ਬਹੁਤ ਵੱਡਾ ਸੀਗਾ। ਸੋ ਉਹ ਇੱਕ ਖਲਾਅ ਹੈ। ਤੇ ਜਦੋਂ ਇਨਸਾਨ ਦੁਨੀਆਂ ਤੋਂ ਤੁਰ ਜਾਂਦਾ ਹੈ
ਤੇ ਉਸ ਸਾਲ 'ਚ ਉਹਦਾ ਲੇਖਾ ਜੋਖਾ ਵੀ ਕਈ ਵਾਰੀ ਲੇਖਾ ਜੋਖਾ ਨਾ ਤਾਂ ਅਸੈਸਮੈਂਟ ਕੀਤੀ ਜਾਂਦੀ ਹੈ ਕਿ ਕੰਟਰੀਬਿਊਸ਼ਨ ਕੀ ਸੀਗੀ, ਉਹ ਹਾਲੇ ਪ੍ਰਾਪਰ ਉਹਨਾਂ ਦੀ ਕੰਟਰੀਬਿਊਸ਼ਨ ਹੋਣੀ ਹੈ ਕਿ ਅਕਾਲੀ ਦਲ ਦਾ ਇੱਕ ਇਤਿਹਾਸ ਉਹਨਾਂ ਨਾਲ ਜੁੜਿਆ ਹੋਇਆ। ਇਹ ਦੋ ਲੀਡਰ ਸੀ ਜਿਨ੍ਹਾਂ ਨਾਲ ਇਤਿਹਾਸ ਜੁੜਿਆ ਸੀਗਾ, ਜਥੇਦਾਰ ਗੁਰਚਰਨ ਸਿੰਘ ਟੌੜਾ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ। ਲੰਬਾ ਸਮਾਂ ਇਹ ਸਿਆਸਤ ਦੇ ਵਿੱਚ ਵਿਚਰੇ ਤੇ ਇਹਨਾਂ ਨੇ ਪੰਜਾਬ ਦੀ ਸਿਆਸਤ ਦਿਖੇੜ ਕੀਤੀ, ਖਾਸ ਕਰਕੇ 1970 ਤੋਂ ਬਾਅਦ ਦੀ। ਲਗਾਤਾਰ ਬਾਦਲ ਸਾਹਿਬ ਪਹਿਲੀ ਵਾਰੀ 1970 ਦੇ ਵਿੱਚ ਮੁੱਖ ਮੰਤਰੀ ਬਣੇ ਔਰ ਉਹਨਾਂ ਨੇ ਰਿਕਾਰਡ ਬਣਾਏ। ਦੇਖੋ ਸਭ ਤੋਂ ਛੋਟੀ ਉਮਰ 'ਚ ਮੁੱਖ ਮੰਤਰੀ ਬਣੇ ਪੰਜਾਬ ਦੇ ਔਰ 5 ਵਾਰ ਮੁੱਖ ਮੰਤਰੀ ਰਹੇ, ਰਿਕਾਰਡ ਬਹੁਤ ਕਮਾਲ ਦਾ। ਲੇਕਿਨ ਹੁੰਦਾ ਕਿ ਅਲਟੀਮੇਟਲੀ ਆਊਟਪੁੱਟ ਕੀ ਸੀਗੀ, ਉਹ ਤੇ ਕੁਸਚਨ ਮਾਰਕ ਹੈ ਸਾਰੀ ਗੱਲ 'ਤੇ ਆ ਕੇ। ਜਿਹੜੇ ਇਸ਼ੂਜ ਪੰਜਾਬ ਦੇ ਖੜ੍ਹੇ ਸੀਗੇ ਉੱਥੇ ਖੜ੍ਹੇ ਰਹਿ ਗਏ। ਆਪਾਂ ਹੁਣ ਵੀ ਦੇਖ ਰਹੇ ਹਾਂ, ਹੁਣ ਲੇਟੈਸਟ ਇਸ਼ੂ ਆ ਗਿਆ ਗੁਰਦੇਵ ਸਿੰਘ ਕੌਂਕੇ ਹੋਰਾਂ ਦਾ, ਤੇ ਇਹਨੇ ਫਿਰ ਕੁਸਚਨ ਮਾਰਕ ਸਾਰੇ ਲਾ ਤੇ ਅਕਾਲੀ ਸਰਕਾਰਾਂ ਦੀ ਫੰਕਸ਼ਨਿੰਗ ਤੇ। ਬਾਦਲ ਸਾਹਿਬ ਸਿਰਫ ਮੁੱਖ ਮੰਤਰੀ ਨਹੀਂ ਸੀਗੀ, ਉਹਨਾਂ ਨੂੰ ਤਾਂ ਅਕਾਲ ਤਖ਼ਤ ਤੋਂ ਖਿਤਾਬ ਮਿਲਿਆ ਹੋਇਆ ਸੀਗਾ ਫਖਰੇ ਕੌਮ ਪੰਥ ਰਤਨ, ਤਾਂ ਉਹ ਕੰਟੈਕਸਟ ਫਿਰ ਜ਼ਿਆਦਾ ਇੰਪੋਰਟੈਂਟ ਹੋ ਜਾਂਦੀ। ਅਕਸਰ ਅਸੀਂ ਗੱਲ ਨਹੀਂ ਕਰਦੇ, ਲੇਕਿਨ ਜਦੋਂ ਉਸ ਨਜ਼ਰੀਏ ਤੋਂ ਦੇਖੀਏ ਸਿਰਫ ਪਰਫਾਰਮੈਂਸ ਜਿਹੜੇ ਖਾਸ ਕਰਕੇ ਸਿੱਖ ਇਸ਼ੂ ਹੈ ਉਸ ਕਸਵਟੀ 'ਤੇ ਦੇਖੀ ਜਾਂਦੀ ਹੈ। ਫਿਰ ਜੇ ਸਰਕਾਰ ਪੰਥ ਰਤਨ ਫਖਰੇ ਕੌਮ ਦੀ ਹੋਵੇ ਕਿ ਉਹਨਾਂ ਦੀ ਜਿਹੜੀ ਪਰਫਾਰਮੈਂਸ ਸੀਗੀ ਉਹ ਉਸ ਲੈਵਲ ਦੀ ਸੀ, ਅਤੇ ਇਹ ਜਵਾਬ ਮਿਲ ਜਾਂਦਾ ਹੈ ਹੁਣ ਜਦੋਂ ਰਿਪੋਰਟ ਹੁੰਦੀ ਹੈ ਰਿਲੀਜ਼ ਜਥੇਦਾਰ ਗੁਰਦੇਵ ਸਿੰਘ ਕੌਕੇ ਦੇ ਕਤਲ ਕਰਨ ਦੀ ਪੁਲਿਸ ਵੱਲੋਂ, ਅਤੇ ਗੱਲ ਕਲੀਅਰ ਹੋ ਜਾਂਦੀ ਹੈ। ਠੀਕ ਹੈ, ਇਨਕੁਆਇਰੀ ਵੀ ਉਹਨਾਂ ਨੇ ਬਣਾਈ ਸੀ, ਰਿਪੋਰਟ ਵੀ ਜਦੋਂ ਉਹਨਾਂ ਦੀ ਸਰਕਾਰ ਸੀ 1997 ਤੋਂ ਬਾਅਦ ਸਰਕਾਰ ਬਣੀ ਉਸ ਵੇਲੇ ਹੀ ਇਨਕੁਆਇਰੀ ਬਿਠਾਈ ਗਈ, ਉਸ ਵੇਲੇ ਹੀ ਰਿਪੋਰਟ ਆਈ, ਲੇਕਿਨ ਕਦੇ ਅੱਜ ਤੱਕ ਕਦੇ ਅਫੀਸ਼ੀਅਲੀ ਰਿਲੀਜ਼ ਨਹੀਂ ਹੋਈ, ਹੁਣ ਵੀ ਅਫੀਸ਼ੀਅਲੀ ਰਿਲੀਜ਼ ਨਹੀਂ ਹੋਈ, ਲੀਕ ਹੋਈ ਹੈ। ਸੋ ਇਹ ਬੜੇ ਇਸ਼ੂਜ ਹੈਗੇ। ਬਰਗਾੜੀ ਦਾ ਇਸ਼ੂ ਸੀਗਾ, ਉਹਨਾਂ ਵੇਲੇ ਇਹ ਦੁਖਾਂਤ ਵਾਪਰਿਆ। ਸੋ ਇਹ ਇਤਿਹਾਸ ਨੇ ਅਲਟੀਮੇਟਲੀ ਲੇਖਾ ਜੋਖਾ ਕਰਨਾ ਹੁੰਦਾ, ਅਸੀਂ ਤਾਂ ਗੱਲ ਹੀ ਕਰ ਸਕਦੇ ਹਾਂ, ਲੇਕਿਨ ਅਸਲੀ ਜਿਹੜੀ ਕਸਵਟੀ ਹੈ ਉਹ ਇਤਿਹਾਸ ਦੀ ਹੁੰਦੀ ਹੈ। ਸੋ ਪੰਜਾਬ ਨੇ ਇਸ ਸਾਲ ਦੇ ਵਿੱਚ ਬੜੀਆਂ ਤਬਦੀਲੀਆਂ ਦੇਖੀਆਂ। ਸਰਦਾਰ ਬਾਦਲ ਦਾ ਜਾਣਾ ਇੱਕ ਬਹੁਤ ਅਹਿਮ ਘਟਨਾ ਸੀਗੀ। ਸੋ ਇਸ ਤਰ੍ਹਾਂ ਹੀ ਹਾਂ, ਜਿਹੜਾ ਇੱਕ ਤਬਦੀਲੀ ਇਹ ਵੀ ਦੇਖੀ ਕਿ ਬਹੁਤ ਸਾਰੇ ਕਾਂਗਰਸੀ ਵਿਜੀਲੈਂਸ ਤੋਂ ਡਰਦੇ ਉੱਧਰ ਵੀ ਚਲੇ ਗਏ ਸੀਗੇ, ਬੀਜੇਪੀ ਨਾਲ ਫਿਰ ਵਾਪਸ ਆ ਗਏ ਇਸੇ ਸਮੇਂ ਦੌਰਾਨ, ਤੇ ਕਈ ਕਹਿੰਦੇ ਜੇ ਇੱਧਰ ਬਚਣਾ ਹੀ ਨਹੀਂ, ਜੇ ਇਹੀ ਹਾਲ ਹੈ ਫਿਰ ਤਾਂ ਆਪਾਂ ਉੱਧਰੇ ਠੀਕ ਸੀਗੇ, ਤੇ ਜਾਖੜ ਸਾਹਿਬ ਉੱਧਰੋਂ ਜਾ ਕੇ ਉੱਧਰ ਪ੍ਰਧਾਨ ਬਣ ਗਏ, ਬੀਜੇਪੀ ਦੇ ਪਹਿਲਾਂ ਕਾਂਗਰਸ ਦੇ ਪ੍ਰਧਾਨ ਹੁੰਦੇ ਸੀਗੇ, ਤੇ ਇਹ ਕੁੱਝ ਤਬਦੀਲੀਆਂ ਵੀ ਪੋਲੀਟੀਕਲ ਸਫੀਅਰ ਦੇ ਵਿੱਚ ਦੇਖਣ ਨੂੰ ਮਿਲੀਆਂ, ਜਿਹੜੀਆਂ ਮਤਲਬ ਨੋਰਮਲ ਨਹੀਂ ਲੱਗਦੀਆਂ, ਜਿਹੜੀਆਂ ਅਸਧਾਰਨ ਜਿਹੀਆਂ ਲੱਗਦੀਆਂ ਨੇ, ਉੱਥੇ ਵੀ ਜਾ ਕੇ ਸ਼ਾਇਦ ਉਹ ਉਹਨਾਂ ਫਿੱਟ ਨਹੀਂ ਆ ਜਿਹੜੇ ਮਤਲਬ ਓਰੀਜਨਲ ਜਿਹਨਾਂ ਨੂੰ ਟਕਸਾਲੀ ਬੀਜੇਪੀ ਆਈਟ ਕਹਿੰਦੇ ਆ, ਤੇ ਉਹਨਾਂ ਨੂੰ ਅਜੇ ਪ੍ਰਵਾਨ ਨਹੀਂ ਕਰ ਰਹੇ, ਉਹ ਉਹਨਾਂ ਦਾ ਕਰੂਰਾ ਉਹਨਾਂ ਨਾਲ ਨਹੀਂ ਮਿਲ ਰਿਹਾ, ਤੇ ਇਹ ਵੀ ਅਜੇ ਉੱਥੇ ਮਾਹੌਲ ਇੱਕ ਚੱਲ ਹੀ ਰਿਹਾ ਕਿਸੇ ਨਾ ਕਿਸੇ ਵਿੱਚ। ਦੇਖੋ ਇਹ ਜਿਹੜੀ ਇਹ ਫਿਨਾਮਨਾ ਦੇਖਣ ਨੂੰ ਮਿਲਿਆ ਨਾ ਪੰਜਾਬ 'ਚ, ਇੰਨੀ ਪਹਿਲਾਂ ਕਦੇ ਡਿਫੈਕਸ਼ਨ ਪਾਰਟੀਆਂ ਦੀ ਨਹੀਂ ਸੀ ਹੋਈ ਜਿੰਨੀ ਐਤਕੀ ਹੋਈ ਹੈ। ਇਹ ਲੋਕਾਂ ਦੇ ਭਲੇ ਵਾਸਤੇ ਡਿਫੈਕਟ ਨਹੀਂ ਹੋਏ, ਇਹ ਆਪਣੇ ਭਲੇ ਵਾਸਤੇ ਹੋਏ ਹੈ। ਪੰਜਾਬ ਦੀ ਸਮੱਸਿਆ ਹੀ ਹਮੀਰ ਜੀ ਹੁਣ ਇਹ ਹੈ
ਇਹ ਲੋਕਾਂ ਦਾ ਭਲਾ ਨਹੀਂ ਲੋਚਦੇ, ਇਹ ਦੇਖਦੇ ਵੀ ਸਾਡਾ ਭਲਾ ਕਿੱਥੇ ਹੋਣਾ। ਸਰਕਾਰ ਬਣਾ ਕੇ ਆਪਾਂ ਸਾਰਾ ਦੇਖਦੇ ਵੀ ਕੀ ਹੁੰਦਾ, ਬੇਸਿਕ ਇਸ਼ੂ ਲੁੱਟਮਾਰ ਦਾ ਹੁੰਦਾ। ਜੇ ਲੁੱਟਮਾਰ ਕਰਕੇ ਕੁਛ ਲੋਕ ਫਸ ਗਏ ਤੇ ਹੁਣ ਆਪਣੀ ਚੌੜੀ ਬਚਾਉਣਾ ਚਾਹੁੰਦੇ ਆ, ਬਚਾਉਣ ਵਾਸਤੇ ਤੇ ਉਹ ਪਾਰਟੀਆਂ ਬਦਲ ਲੈਂਦੇ ਆ, ਐਡਜਸਟ ਨਹੀਂ ਹੁੰਦੇ ਫਿਰ ਵਾਪਸ ਆ ਜਾਂਦੇ ਆ। ਸੋ ਇਹ ਪੋਲੀਟੀਕਲ ਸਿਸਟਮ ਜਿਹੜਾ ਹੈਗਾ ਇਹਦੇ ਨਿਘਾਰ ਹੈ ਜਿਹੜਾ, ਇਹ ਉਹਦੀ ਨਿਸ਼ਾਨੀ ਹੈ। ਪੰਜਾਬ ਦੇ ਵਿੱਚ ਪਾਰਟੀਆਂ ਪਹਿਲਾਂ ਇਸ ਤਰ੍ਹਾਂ ਨਹੀਂ ਸੀ ਬਦਲੇ ਜਾਂਦੇ, ਠੀਕ ਹੈ ਇਤਿਹਾਸ ਦੇ ਵਿੱਚ ਪੁਰਾਣਾ ਹੈਗਾ ਕੁਛ ਕਿ ਉਦੋਂ ਪਾਰਟੀਆਂ ਸਿਰਫ ਦੋ ਹੀ ਹੁੰਦੀਆਂ ਸੀ, ਅਕਾਲੀ ਦਲ ਅਤੇ ਕਾਂਗਰਸ। ਇੱਕ ਸਟੇਜ ਆ ਗਈ ਸੀ ਸ਼ੁਰੂ ਦੇ ਵਿੱਚ ਤਾਂ ਅਕਾਲੀ ਗਏ ਸੀ ਕਾਂਗਰਸ ਦੇ ਵਿੱਚ, ਕਾਂਗਰਸ ਸੀ ਅਕਾਲੀ ਦਲ ਚ ਨਹੀਂ ਸੀ ਆਉਂਦੇ ਹੁੰਦੇ, ਉਹ ਉੱਪਰੀ ਉਹ ਪਾਰਟੀਸ਼ਨ ਤੋਂ ਬਾਅਦ ਦੀ ਗੱਲ ਹੈ ਉਸ ਵੇਲੇ ਦੀ। ਅਤੇ ਉਸ ਤੋਂ ਬਾਅਦ ਇੱਕ ਮਾਹੌਲ ਬਣ ਗਿਆ ਸੀਗਾ ਕਿ ਅਦਲਾ ਬਦਲ ਹੀ ਨਹੀਂ ਸੀ ਹੁੰਦੀ, ਕੋਈ ਅਕਾਲੀ ਛੇਤੀ ਕੀਤਾ ਸੋਚ ਨਹੀਂ ਸੀ ਸਕਦਾ ਵੀ ਉਹ ਕਾਂਗਰਸ ਜਾਏਗਾ। ਹੁਣ ਤਾਂ ਮਾਹੌਲ ਹੀ ਸਾਰਾ ਬਦਲ ਗਿਆ, ਉਹ ਜਿਹੜਾ ਵੈਲਿਊ ਸਿਸਟਮ ਸੀਗਾ ਉਹ ਓਵਰ ਦ ਈਅਰਸ ਖਤਮ ਹੋਇਆ, ਸਾਰੀਆਂ ਪਾਰਟੀਆਂ ਦਾ ਹੋਇਆ, ਇਕੱਲੇ ਅਕਾਲੀ ਦਲ ਦੀ ਗੱਲ ਨਹੀਂ। ਸੋ ਉਹ ਮਾਹੌਲ ਬਣਦਾ ਜਾ ਰਿਹਾ ਇਹੋ ਜਿਹਾ। ਲੇਕਿਨ ਇੱਕ ਹੁਣ ਫਿਨਾਮਨਾ ਹੋਰ ਇਸ ਸਾਲ ਆਪਾਂ ਅੱਗੇ ਤੋਰਦੇ ਹਾਂ ਗੱਲ ਨੂੰ, ਅੰਮ੍ਰਿਤਪਾਲ ਦਾ ਆਇਆ ਸਿੱਖ ਡੋਮੇਨ ਦੇ ਵਿੱਚ। ਔਰ ਸ਼ੁਰੂ ਸਾਲ ਦੇ ਵਿੱਚ ਹੀ ਇੱਕ ਨਵਾਂ ਮਾਹੌਲ ਪੰਜਾਬ ਵਿੱਚ ਸੱਜਣ ਦੀ ਕੋਸ਼ਿਸ਼ ਕੀਤੀ ਗਈ ਮਿਲੀਟੈਂਸੀ ਦੇ ਪੀਰੀਅਡ ਤੋਂ ਬਾਅਦ। ਅਤੇ ਅੰਮ੍ਰਿਤਪਾਲ ਦੁਬਈ ਤੋਂ ਆਇਆ ਸੀ, ਉਹ ਤੇ ਉਹਨਾਂ ਦੇ 8-7 ਹੀ NSA ਦੇ ਅੰਡਰ ਡਿਬਰੂਗੜ੍ਹ ਜੇਲ੍ਹ 'ਚ ਬੰਦ ਹੈ, ਹੁਣ ਤੱਕ ਚਾਰਜਿਸ ਉਹਨਾਂ ਦੇ ਕੋਲ ਕੁਛ ਲੱਗੇ ਹੀ ਨਹੀਂ। ਜੇ ਚਾਰਜਿਸ ਨਹੀਂ ਬਣੇ ਲੱਗੇ ਤਾਂ ਉਹਨਾਂ ਨੂੰ ਵਾਪਸ ਲੈ ਕੇ ਆਓ। ਲੇਕਿਨ ਇਸ ਇਸ਼ੂ ਨੇ ਪੰਜਾਬ ਦੀ ਸਿਆਸਤ ਨੂੰ ਪੂਰੀ ਤਰ੍ਹਾਂ ਕਰਵਾਇਆ, ਖਾਸ ਕਰਕੇ ਜਿਹੜੀ ਸਿੱਖ ਸਿਆਸਤ ਸੀਗੀ, ਸਰਕਾਰ ਨੂੰ ਪੂਰਾ ਮਤਲਬ ਐਕਟਿਵ ਕੀਤਾ। ਸਭ ਤੋਂ ਵੱਡਾ ਐਕਸ਼ਨ ਸੀਗਾ ਜਦੋਂ ਅੰਮ੍ਰਿਤਪਾਲ ਅਤੇ ਉਹਨਾਂ ਦੇ ਸਾਥੀਆਂ ਨੇ ਅਜਨਾਲਾ ਪੁਲਿਸ ਸਟੇਸ਼ਨ 'ਤੇ ਅਟੈਕ ਕੀਤਾ। ਹੁਣ ਅਮੀਰ ਜੀ ਗੱਲ ਇਹ ਹੈ ਕਿ ਮਨੀਪੁਰ ਦੇ ਵਿੱਚ ਪਤਾ ਨਹੀਂ ਕਿੰਨੇ ਪੁਲਿਸ ਸਟੇਸ਼ਨ 'ਤੇ ਅਟੈਕ ਹੋਏ ਇਸ ਸਾਲ ਦੇ ਵਿੱਚ, ਔਰ ਕਿੰਨੇ ਹਥਿਆਰ ਲੁੱਟੇ ਗਏ, ਕੋਈ ਲੱਕ ਹਾਂ ਕੁਛ ਕਿਸੇ ਨੂੰ ਪਤਾ ਹੀ ਨਹੀਂ, ਔਰ ਉਹ ਹਥਿਆਰ ਕਦੇ ਵਾਪਸ ਨਹੀਂ ਆਏ। ਲੇਕਿਨ ਉੱਥੇ ਇਸ਼ੂ ਇਸ ਢੰਗ ਦੇ ਨਾਲ, ਮਤਲਬ ਜਾਂ ਤਾਂ ਤੁਸੀਂ ਕਹਿ ਲਓ ਵੀ ਰਿਮੋਟ ਏਰੀਆ, ਔਰ ਇੰਨੀ ਉੱਥੇ ਹੁਣ ਵੀ ਡਿਸਟਰਬੈਂਸ ਚੱਲ ਰਹੀ ਹੈ, ਨਾ ਤਾਂ ਕੋਈ ਰਿਐਕਸ਼ਨ ਹੁੰਦਾ। ਜਿੱਥੇ ਇੰਨੇ ਇੰਨੇ ਵੱਡੇ ਵੱਡੇ ਐਕਸ਼ਨ ਹੋ ਗਏ, ਹਥਿਆਰ ਇਹਨੇ ਲੁੱਟੇ ਗਏ, ਉੱਥੇ ਨਾ ਕਿਸੇ ਨੂੰ NSA ਲਾ ਕੇ ਅਤੇ ਕਿਸੇ ਦੂਰ ਭੇਜਿਆ ਨਹੀਂ ਗਿਆ। ਅਤੇ ਇੱਥੇ ਇੱਕ ਐਕਸ਼ਨ ਜਿਹਦੇ 'ਚ ਵਾਇਲੈਂਸ ਨਹੀਂ ਸੀ ਹੋਈ, ਕੋਈ ਬਹੁਤੀ ਵਾਇਲੈਂਸ ਰਾਦਰ ਹੋਈ ਨਹੀਂ ਸੀਗੀ। ਅਤੇ ਇੱਕ ਮੌਬ ਨੇ ਇੱਕ ਪੁਲਿਸ ਸਟੇਸ਼ਨ 'ਤੇ ਕਬਜ਼ਾ ਕਰ ਲਿਆ ਸੀ, ਅੰਮ੍ਰਿਤਪਾਲ ਉਹ ਲੀਡ ਕਰ ਰਹੇ ਸੀਗੇ, ਉਹਨਾਂ ਨੂੰ ਅਲਟੀਮੇਟਲੀ ਫੜ ਕੇ ਅਤੇ NSA ਲਾ ਕੇ ਡਿਬਰੂਗੜ੍ਹ ਭੇਜਤਾ। ਜਿਹੜਾ ਕਾਨੂੰਨ ਇੱਥੇ ਫਿਰ ਪੰਜਾਬ ਦੇ ਵਿੱਚੋਂ ਗੱਲ ਉੱਠਦੀ ਹੈ ਕਿ ਦੇਸ਼ ਦੇ ਵਿੱਚ ਦੋ ਕਾਨੂੰਨ ਹੈ, ਇਹ ਲਗਾਤਾਰ ਪੰਜਾਬ ਦੇ ਵਿੱਚੋਂ ਆਵਾਜ਼ ਉੱਠਦੀ ਹੈ, ਔਰ ਇਹ ਤਜਰਬਾ ਵੀ ਹੁੰਦਾ। ਤਜਰਬਾ ਮੈਂ ਐਗਜ਼ਾਮਪਲ ਦੇਤੀ, ਇੱਕ ਪਾਸੇ ਮਨੀਪੁਰ ਇੱਕ ਪਾਸੇ ਇਹਦੇ ਨਾਲ ਹੈ, ਅਤੇ ਦੋਵਾਂ ਦੀ ਗ੍ਰੈਵਿਟੀਕਲ ਸਿਚੁਏਸ਼ਨ ਬਿਲਕੁਲ ਅਲੱਗ ਸੀਗੀ। ਇੱਕ ਪਾਸੇ ਤੁਸੀਂ ਚੱਕ ਕੇ 9 ਬੰਦੇ NSA 'ਚ ਭੇਜ ਰਹੇ ਹੋ, ਅਤੇ ਮਨੀਪੁਰ ਦੇ ਉੱਤੇ ਤਾਂ ਕੋਈ ਗੱਲ ਕਰਨ ਨੂੰ ਤਿਆਰ ਹੀ ਨਹੀਂ। ਵੈਸੇ ਵੀ ਸਾਡੇ ਇੱਥੇ ਕਿਉਂਕਿ ਪੰਜਾਬ ਹੈ, ਇੱਥੇ ਕੋਈ ਵੀ ਐਕਸ਼ਨ ਹੋ ਜਾਏ ਇਹਦਾ ਰਾਦਰ ਨੈਸ਼ਨਲ ਵੀ ਨਹੀਂ, ਇੰਟਰਨੈਸ਼ਨਲ ਲੈਵਲ 'ਤੇ ਜਾ ਕੇ ਰੌਲਾ ਪੈ ਜਾਂਦਾ। ਸੋ ਇੱਕ ਇਵੈਂਟ ਇਸ ਸਾਲ ਦੀ ਮੇਜਰ ਔਰ ਪਾਰ ਹੋ ਰਹੀ ਸੀਗੀ।
ਇਹਦਾ ਮਤਲਬ ਇਹ ਹੋਇਆ ਕਿ ਹਾਲਾਂਕਿ ਉੱਥੇ ਬੀਜੇਪੀ ਦਾ ਮੇਨ ਰੂਲ ਹੈ ਤੇ ਇੱਥੇ ਆਮ ਆਦਮੀ ਪਾਰਟੀ ਦਾ, ਫਰਕ ਤਾਂ ਕੋਈ ਨਹੀਂ ਮਣੀਪੁਰ ਤੇ ਇੱਥੇ ਅਲੱਗ ਅਲੱਗ ਟਾਈਪ ਦਾ। ਉਦੋਂ ਅਰਵਿੰਦ ਕੇਜਰੀਵਾਲ ਉਹਨਾਂ ਨੇ ਕਿਹਾ ਸੀਗਾ ਜਦੋਂ ਅੰਮ੍ਰਿਤਪਾਲ ਵਾਲਾ ਵਰਤਾਰਾ ਆਇਆ, ਜਦੋਂ CRP ਮੰਗੀ ਹੈ ਉਹਨਾਂ ਨੇ ਫਟਾਫਟ ਭੇਜਤੀ, ਉਹ ਕਹਿੰਦੇ ਹਾਂ ਗੌਰਮੈਂਟ ਨਾਲ ਇਹ ਸਾਡਾ ਮਿਲ ਕੇ ਕੰਮ ਹੈ, ਗੌਰਮੈਂਟ ਆਫ ਇੰਡੀਆ ਨਾਲ ਅਸੀਂ ਜਿਹੜੇ ਦੇਸ਼ ਦੀ ਸੁਰੱਖਿਆ ਦੇ ਕੰਮ ਹੋਣਗੇ ਉਹ ਮਿਲ ਕੇ ਕਰਾਂਗੇ, ਸਾਡਾ ਕੋਈ ਵਿਰੋਧ ਨਹੀਂ ਹੈ, ਬਕਾਇਦਾ ਓਪਨਲੀ ਵੀ ਗੱਲ ਕੀਤੀ। ਹੁਣ ਰੌਲਾ ਇਹ ਪੈ ਜਾਂਦਾ ਭਾਵੇਂ ਅੰਮ੍ਰਿਤਪਾਲ ਨੂੰ ਉਹਨਾਂ ਦੇ ਸਟਾਈਲ ਨਾਲ ਉਹਨਾਂ ਦੇ ਵਿਚਾਰ ਨਾਲ ਕੋਈ ਸਹਿਮਤੀ ਅਸਹਿਮਤੀ ਅਲੱਗ ਗੱਲਾਂ ਹੁੰਦੀਆਂ ਨੇ, ਪਰ ਜਦੋਂ ਤੁਸੀਂ ਹਿਊਮਨ ਰਾਈਟਸ ਦਾ ਐਂਗਲ ਦੇਖਦੇ ਹੋ, ਰੂਲ ਆਫ ਲਾਅ ਦਾ ਐਂਗਲ ਦੇਖਦੇ ਹੋ, ਤਾਂ ਲਾਜ਼ਮੀ ਹੈ ਕਿ ਉਹਦੇ ਤੇ ਤੁਹਾਨੂੰ NSA ਦਾ ਕਿਵੇਂ ਬਣ ਜਾਓ, ਉਦੋਂ ਪਹਿਲਾਂ ਕਿਹੜਾ ਕਾਨੂੰਨ ਹੈ, ਕਿਹੜੇ ਪਰਚੇ ਨੇ ਇਹੋ ਜਿਹੇ ਦਰਜ ਜਿਹੜੇ ਉਦੋਂ ਬਾਅਦ ਤੁਸੀਂ ਖਦਸਾ ਪ੍ਰਗਟ ਕੀਤਾ, ਕਿਹੜਾ ਇਤਿਹਾਸ ਹੈ ਜਿਹਦੇ ਕਰਕੇ ਤੁਸੀਂ ਇਹ ਹੈ ਕਿ ਜੀ NSA ਲਾਉਣਾ ਜ਼ਰੂਰੀ ਹੈ, ਕੋਈ ਲੌਜਿਕ ਤਾਂ ਕਿਤੇ ਦਿਖਾਈ ਨਹੀਂ ਦੇ ਰਿਹਾ, ਤੇ ਪਰ ਲਾਤ ਹੈ ਤੁਸੀਂ ਤੇ ਲਾ ਕੇ ਭੇਜ ਦਿੱਤੇ ਗਏ ਨੇ ਬੰਦੇ। ਇਹਦੇ ਤੋਂ ਵੀ ਇਲਾਵਾ ਜੇ ਆਪਾਂ ਅਗਲੀ ਗੱਲ ਚੱਲਦੇ ਹਾਂ ਇਸੇ ਮਾਮਲੇ ਦੇ ਵਿੱਚ, ਆਮ ਆਦਮੀ ਪਾਰਟੀ ਦੀ ਇੱਕ ਜਿਹੜੀ ਛਵੀ ਬਣ ਗਈ ਸੀ ਪਹਿਲਾਂ ਬਣਦੇ ਕਿ ਦਿੱਲੀ ਤੋਂ ਓਪਰੇਟ ਹੁੰਦੀ ਹੈ, ਉਹ ਵੀ ਤੋੜੀ ਨਹੀਂ ਜਾ ਸਕੀ ਇਹ ਪੂਰੇ ਦੂਜੇ ਸਾਲ ਦੇ ਵਿੱਚ ਵੀ, ਇੱਕ ਸਾਲ ਤਾਂ ਲੰਘ ਗਿਆ। ਔਰ ਜਿਵੇਂ 22 ਇਲੈਕਸ਼ਨ ਆਈ ਸੀ ਜਲੰਧਰ ਦੀ ਜਿਹੜੀ ਇਹਨਾਂ ਨੇ ਜਿੱਤੀ ਵੀ, ਉਹ ਵੀ ਦੂਜੀ ਪਾਰਟੀ ਚੋਂ ਕੈਂਡੀਡੇਟ ਆਇਆ ਤੇ ਸੰਦੀਪ ਪਾਠਕ ਹੋਣੀ ਐਜ ਏ ਜਥੇਬੰਦੀ ਸੈਕਟਰੀ, ਜਿਵੇਂ ਇੱਥੇ ਦੇ MLA ਨੀ ਜਿਹੜੇ ਮੰਤਰੀ ਸੀਗੇ ਉਹਨਾਂ ਦੀ ਇੱਕ ਵੀਡੀਓ ਆਡੀਓ ਸਾਹਮਣੇ ਆਈ ਸੀਗੀ, ਕਿਵੇਂ ਉਹ ਕਹਿ ਰਹੇ ਸੀ ਵੀ ਚੀਮਾ ਜੀ ਆਪਕਾ ਵੀ ਇਮਤਿਹਾਨ ਹੈ, ਆਪਕਾ ਵੀ ਜਵਾਬਦੇਹੀ ਐਸੇ ਹੀ ਹੋਗੀ ਜੈਸੇ ਵੈਸੇ ਹੋਤੀ ਹੈ, ਮਤਲਬ ਉਹ ਜਿਹੜੇ ਸਾਰੇ ਸਵਾਲ ਸੀਗੇ ਨਾ ਜਿਹੜੇ ਆ ਰਹੇ ਲਗਾਤਾਰ। ਹੁਣ ਵੀ ਇਹ ਪਤਾ ਨਹੀਂ ਲੱਗ ਰਿਹਾ ਕਿ ਵੱਡੇ ਅਫਸਰਾਂ ਦੀਆਂ ਨਿਯੁਕਤੀਆਂ ਕਿਸੇ ਨੂੰ ਇੱਧਰ ਉੱਧਰ ਉਹ ਕਰਨਾ, ਤੇ ਫਿਰ ਜਿਹੜੀਆਂ ਰਾਇਆਂ ਨੇ ਅਫਸਰਸ਼ਾਹੀ ਦੇ ਵਿੱਚ ਉਹ ਵੀ ਤੁਸੀਂ ਦੇਖੋ ਪੰਚਾਇਤਾਂ ਦੇ ਭੰਗ ਕਰਤੀਆਂ, ਕਿੰਨਾ ਵੱਡਾ ਸੈਟਬੈਕ ਬੱਚਾ, ਫਿਰ ਉਹ ਵਾਪਸ ਲੈਣਾ ਪਿਆ ਹਾਈ ਕੋਰਟ ਦੇ ਵਿੱਚੋਂ ਕਿ ਕਿਸੇ ਨੇ ਗਾਈਡ ਹੀ ਨਹੀਂ ਪ੍ਰੋਪਰ ਕੀਤਾ, ਕਦੇ ਕੁਛ ਜਾਂ ਆਪ ਨਹੀਂ ਪਤਾ ਕੀ ਗੱਲ ਸੀ, ਉਹ ਜੋ ਮਰਜ਼ੀ ਗੱਲ ਰਹੀ ਹੋਵੇ, ਸਰਕਾਰ ਕਿੰਨੇ ਵਾਰ ਅੱਗੇ ਵਧੀ ਹੈ ਕਿੰਨੇ ਵਾਰ ਪਿੱਛੇ ਮੁੜ ਆਈ, ਇਹ ਫੈਸਲੇ ਵੀ ਕਾਫੀ ਹੋਏ ਨੇ ਇਸ ਸਾਲ ਦੇ ਦੌਰਾਨ, ਕਿਉਂਕਿ ਪਾਵਰ ਸੈਂਟਰ ਬਹੁਤ ਜ਼ਿਆਦਾ ਕਾਫੀ ਬਣ ਗਏ ਇਸ ਮਾਮਲੇ ਦੇ ਵਿੱਚ। ਫਿਰ ਨਵੀਆਂ ਕੰਟਰਾਡਿਕਸ਼ਨਾਂ ਲਈਆਂ ਗੁਰਦੁਆਰਾ ਜਿਹੜਾ ਐਕਟ ਬਣਾ ਕੇ ਬ੍ਰੌਡਕਾਸਟਿੰਗ ਦੇ ਮਾਮਲੇ ਦੇ ਵਿੱਚ, ਗੁਰਬਾਣੀ ਕੀ ਲੋੜ ਸੀ ਸਰਕਾਰ ਨੂੰ ਕਿ ਉੱਧਰ ਜ਼ਰੂਰ ਪੰਗਾ ਲੈਣਾ ਹੁੰਦਾ ਜਾ ਕੇ ਉਸ ਸਫੀਅਰ ਦੇ ਵਿੱਚ ਜਿਹੜਾ ਉਹਦਾ ਨਹੀਂ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ। ਔਰ ਹੁਣ ਇਹ ਮਾਮਲੇ ਤੇ ਕਈਆਂ ਤੇ ਉਹ ਖਾਮੋਸ਼ ਹੀ ਰਹਿ ਜਾਂਦੇ ਨੇ, ਮਤਲਬ ਬੋਲਦੇ ਹੀ ਨਹੀਂ ਬਿਲਕੁਲ ਹੀ ਜਿਹੜੀਆਂ ਗੱਲਾਂ ਤੇ ਬੋਲਣਾ ਚਾਹੀਦਾ, ਜਿਵੇਂ ਰਾਜਵਾਣਾ ਦਾ ਮਾਮਲਾ ਵੀ, ਬੰਦੀ ਸਿੰਘਾਂ ਦਾ ਮਾਮਲਾ ਵੀ ਹੈ, ਕੋਈ ਬਹੁਤ ਜ਼ਿਆਦਾ ਸਰਕਾਰੀ ਸਾਈਡ ਤੋਂ ਨਹੀਂ ਹੈ, ਪਰ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਜ਼ਰੂਰ ਫਸੀ ਨਜ਼ਰ ਆ ਰਹੀ ਹੈ। 31 ਦਸੰਬਰ ਜਿਵੇਂ ਤੁਸੀਂ ਗੈਰ ਰਸਮੀ ਗੱਲਬਾਤ ਚ ਆਪਾਂ ਗੱਲ ਕਰ ਰਹੇ ਸੀ, ਇੱਕ ਡੈਡਲਾਈਨ ਦਿੱਤੀ ਹੋਈ ਹੈ ਭਾਈ ਤੁਸੀਂ ਦੇਖ ਲਓ ਜਾਂ ਪਰਚੀ ਪਟੀਸ਼ਨ ਵਾਪਸ ਲੈ ਲਓ ਜਾਂ ਫਿਰ ਅਗਲੀ ਕੋਈ ਕੋਰਸ ਆਫ ਐਕਸ਼ਨ ਦੇਖਿਆ ਜਾਏਗਾ। ਇਹਦਾ ਮਤਲਬ ਇਸ ਸਾਲ ਦੇ ਅੰਤ ਦਾ ਜਿਹੜਾ ਅੰਤਲਾ ਦਿਨ ਹੈ ਇਹ ਨਵੇਂ ਸਾਲ ਦੇ ਵਿੱਚ ਵੀ ਪ੍ਰਭਾਵਿਤ ਕਰੇਗਾ ਵੱਖ ਵੱਖ ਤਰ੍ਹਾਂ ਦੀ ਪੋਲੀਟਿਕਸ ਨੂੰ, ਪੰਥਕ ਪੋਲੀਟਿਕਸ ਨੂੰ, ਖਾਸ ਤੌਰ ਤੇ ਪੰਜਾਬ ਦੀ ਨੂੰ, ਦੇਸ਼ ਦੀ ਨੂੰ, ਦੁਨੀਆਂ ਦੀ ਨੂੰ ਕਿਸੇ ਨਾ ਕਿਸੇ ਰੂਪ ਚ। ਜਿਹੜੀ ਗੱਲ ਆਪਾਂ ਕਰ ਰਹੇ ਸੀ ਪੰਜਾਬ ਦੀ ਸਰਕਾਰ ਵਾਲੀ, ਇਹ 3 ਜ਼ਿਲ੍ਹਿਆਂ ਦੇ ਵਿੱਚ ਪਿੱਛੇ ਇਹਨਾਂ ਨੇ ਵਿਕਾਸ ਕ੍ਰਾਂਤੀ ਸਮਾਗਮ ਜਾਂ ਕਾਨਫਰੰਸਾਂ ਕੀਤੀਆਂ, ਗੁਰਦਾਸਪੁਰ, ਬਠਿੰਡਾ, ਇੱਕ ਸ਼ਾਇਦ ਜ਼ਿਲ੍ਹੇ 'ਚ ਹੋਰ ਸੀ ਕਿਤੇ, ਉੱਥੇ ਚੀਫ ਗੈਸਟ ਕੇਜਰੀਵਾਲ ਜੀ ਸੀਗੇ। ਠੀਕ ਹੈ, ਇਹਨਾਂ ਦੇ ਪਾਰਟੀ ਦਾ ਪ੍ਰਧਾਨ ਹੈ, ਵੱਖਰੀ ਗੱਲ ਹੈਗੀ ਹੈ, ਲੇਕਿਨ ਜਿਹੜੇ ਇਹ ਇੱਕ ਨਾਰਮਲ ਜਿਹੜੇ ਫੰਕਸ਼ਨ ਹੈਗੇ ਆ ਉਹਨਾਂ 'ਤੇ ਵੀ ਜਦੋਂ ਇੰਪ੍ਰੈਸ਼ਨ ਇਹ ਹੋਵੇ ਕਿ ਡੋਮੀਨੈਂਸ ਜਿਹੜੀ ਹੈਗੀ ਹੈ ਉਹ ਕੇਂਦਰੀ ਲੀਡਰਸ਼ਿਪ ਦੀ ਹੈਗੀ ਹੈ, ਤੇ ਉਹਦਾ ਸਿਗਨਲ ਹਮੀਰ ਜੀ ਹੋਰ ਤਰ੍ਹਾਂ ਜਾਂਦਾ ਹੁੰਦਾ। ਨਾਲੇ ਉਹ ਸਰਕਾਰੀ ਫੰਕਸ਼ਨ ਨੇ ਜੀ,
ਸਰਕਾਰੀ ਫੰਕਸ਼ਨ ਹੈ, ਉੱਥੇ ਤਾਂ ਸੀਐਮ ਨੇ, ਜੇ ਤੁਸੀਂ ਆਪਦੀ ਕਾਨਫਰੰਸ ਕਰਨੀ ਹੈ ਪਾਰਟੀ ਦੀ ਫਿਰ ਠੀਕ ਹੈ ਵੈਲਕਮ, ਤੁਸੀਂ ਪਾਰਟੀ ਕਾਨਫਰੰਸ 'ਤੇ ਜਿਹਨੂੰ ਮਰਜ਼ੀ ਬੁਲਾਓ, ਆਪਣੇ ਪਾਰਟੀ ਨੂੰ ਪ੍ਰਧਾਨ ਬੁਲਾਓ, ਸਾਰੀ ਪਾਰਟੀ ਇਕੱਠੀ ਕਰੋ। ਲੇਕਿਨ ਜਦੋਂ ਸਰਕਾਰੀ ਫੰਕਸ਼ਨ ਹੋਵੇ ਤੇ ਉਹ ਉਹ 'ਤੇ ਵੀ ਦਿੱਲੀ ਦਾ ਮੁੱਖ ਮੰਤਰੀ ਪ੍ਰੈਜ਼ਾਈਡ ਕਰ ਰਿਹਾ ਹੋਵੇ, ਮੈਂ ਦਿੱਲੀ ਦਾ ਮੁੱਖ ਮੰਤਰੀ ਕਰੂੰਗਾ, ਕਹੂੰਗਾ ਮੈਂ ਆਪ ਦੇ ਪ੍ਰਧਾਨ ਦੀ ਗੱਲ ਦੀ ਕਰ ਰਿਹਾ, ਚੇਅਰਮੈਨ ਦੀ, ਮੈਂ ਦਿੱਲੀ ਦਾ ਮੁੱਖ ਮੰਤਰੀ ਦੀ ਗੱਲ ਕਰ ਰਹੀ। ਇਹ ਬੜੀ ਅਜੀਬ ਜਿਹੀ ਗੱਲ ਲੱਗਦੀ ਹੈ ਤੇ ਪਹਿਲੀ ਵਾਰੀ ਹੋ ਰਿਹਾ, ਪਹਿਲਾਂ ਇਹ ਨਹੀਂ ਸੀ ਹੁੰਦਾ। ਇਹਦੇ ਕਰਕੇ ਇੰਪ੍ਰੈਸ਼ਨ ਬਿਲਡ ਹੋ ਗਿਆ, ਲਗਾਤਾਰ ਚੱਲ ਰਿਹਾ ਹੈ ਕਿ ਪੰਜਾਬ ਦੇ ਵਿੱਚ ਪਾਵਰ ਸੈਂਟਰ ਹੋਰ ਵੀ ਹੈਗੇ। ਸੋ ਜਦੋਂ ਇਹ ਇੱਕ ਇੰਪ੍ਰੈਸ਼ਨ ਬਣ ਜਾਏ, ਪਰਸੈਪਸ਼ਨ ਬਿਲਡਅਪ ਹੋ ਜਾਏ, ਤੇ ਉਹਦਾ ਅਸਰ ਸਰਕਾਰ ਦੀ ਫੰਕਸ਼ਨਿੰਗ ਤੇ ਪੈਂਦਾ ਹੁੰਦਾ ਹੈ। ਹੁਣ ਮੈਂ ਗੱਲ ਕਰਦਾ ਤੁਹਾਡੇ ਅਕਾਲੀ ਜਿੱਥੇ ਫਸੇ ਹੋਏ ਆ। ਮੈਂ ਨਾਲ ਇੱਕ ਇਸ਼ੂ ਹੋਰ ਪਹਿਲਾਂ ਡਿਸਕਸ ਥੋੜ੍ਹਾ ਜਿਹਾ ਕਰ ਲੈਂਦਾ। ਪੰਜਾਬ 'ਚ ਹਮੀਰ ਜੀ ਜਿਹੜੀ ਇਸ ਵੇਲੇ ਸਿਚੁਏਸ਼ਨ, ਸਰਦਾਰ ਬਾਦਲ ਦੇ ਜਾਣ ਤੋਂ ਬਾਅਦ ਲੀਡਰਸ਼ਿਪ ਦੀ ਕ੍ਰਾਈਸਿਸ ਬਹੁਤ ਵੱਡੀ ਹੈ, ਕਿਸੇ ਪਾਰਟੀ ਕੋਲ ਉਸ ਕੱਦ ਦੇ ਲੀਡਰ ਹੈ ਨਹੀਂ ਗੇ। ਇਹ ਸਮੱਸਿਆ ਬਹੁਤ ਵੱਡੀ ਹੈ। ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਹੈਗੇ, ਪ੍ਰਤਾਪ ਸਿੰਘ ਬਾਜਵਾ ਵਰੇ ਲੀਡਰਾਂ ਦੀ ਅਪੋਜੀਸ਼ਨ ਹੈਗੇ ਹੈ ਜੀ, ਸਰਦਾਰ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਹੈਗੇ ਹੈ। ਲੇਕਿਨ ਜਿਹਨੂੰ ਆਪਾਂ ਕਹਿੰਦੇ ਹਾਂ ਨਾ ਵੀ ਇਸ ਸਟੇਟ ਦੇ ਵੱਡੇ ਲੀਡਰ, ਉਹ ਰੁਸਬਾ ਜਦੋਂ ਆਪਾਂ ਨਜ਼ਰ ਮਾਰਦੇ ਹਾਂ ਪਿੱਛੇ ਅਕਾਲੀ ਦਲ ਅਤੇ ਕਾਂਗਰਸ ਦੇ ਪੁਰਾਣੇ ਲੀਡਰ, ਉਹ ਰੁਸਬਾ ਹੈ ਨਹੀਂ, ਉਹ ਅਣਹੋਂਦ ਇਸ ਵੇਲੇ ਹੈ, ਅਤੇ ਉਹ ਲੀਡਰਸ਼ਿਪ ਦਾ ਇੱਕ ਵੈਕਿਊਮ ਹੈ, ਅਤੇ ਵੈਕਿਊਮ ਸਾਰੀ ਸਿਆਸਤ ਦਾ ਡਿਸਕੋਰਸ ਹੈ ਜਿਹੜਾ ਉਹਨੂੰ ਉਹ 'ਤੇ ਅਸਰ ਕਰਦਾ ਹੁੰਦਾ। ਅਤੇ ਉਸੇ ਕੰਟੈਕਸਟ ਦੇ ਵਿੱਚ ਆਪਾਂ ਹੁਣ ਗੱਲ ਕਰਦੇ ਹਾਂ ਬਲਵੰਤ ਸਿੰਘ ਰਾਜੋਵਾਲਾ ਉਹਨਾਂ ਦੀ, ਉਹ ਮੁੱਖ ਮੰਤਰੀ ਬਿਆਸ ਸਿੰਘ ਦੇ ਕਤਲ ਦੇ ਵਿੱਚ ਉਹਨਾਂ ਨੂੰ ਫਾਂਸੀ ਦੀ ਸਜ਼ਾ ਹੋਈ, ਅਤੇ ਐਸ ਜੀ ਪੀ ਸੀ ਨੇ ਮਰਸੀ ਪਟੀਸ਼ਨ ਕੀਤੀ ਸੀ, ਬੜੇ ਸਾਲ ਹੋ ਗਏ, ਅਤੇ ਹੁਣ ਉਹਨਾਂ ਨੇ ਪਿੱਛੇ ਅਲਟੀਮੇਟਮ ਦਿੱਤਾ ਸੀਗਾ ਐਸ ਜੀ ਪੀ ਸੀ ਨੂੰ ਵੀ ਤੁਸੀਂ ਮਰਸੀ ਪਟੀਸ਼ਨ ਵਾਪਸ ਲਓ ਜੇ ਸਰਕਾਰ ਨਹੀਂ ਫੈਸਲਾ ਕਰਦੀ। ਅਤੇ ਹੁਣ ਅਕਾਲ ਤਖ਼ਤ ਵੱਲੋਂ ਵੀ 31 ਦਸੰਬਰ ਤੱਕ ਦੀ ਡੈਡਲਾਈਨ ਐਸ ਜੀ ਪੀ ਸੀ ਨੂੰ ਦਿੱਤੀ ਸੀਗੀ ਵੀ ਤੁਸੀਂ 31 ਦਸੰਬਰ ਤੱਕ ਫੈਸਲਾ ਕਰੋ। ਹੁਣ ਜੇ ਹੁਣ ਅਸਲੀ ਟੈਸਟ ਹੁਣ ਆ ਗਿਆ ਕੱਲ੍ਹ ਦਾ ਦਿਨ ਹੈ ਵਿੱਚ ਕਿ ਐਸ ਜੀ ਪੀ ਸੀ ਇਸ ਤੋਂ ਬਾਅਦ ਆਪਣੀ ਮਰਸੀ ਪਟੀਸ਼ਨ ਵਾਪਸ ਲਏਗੀ। ਇਹ ਟੈਸਟ ਸਿਰਫ ਐਸ ਜੀ ਪੀ ਸੀ ਦਾ ਨਹੀਂ ਹੈ, ਮਸਲਾ ਐਸ ਜੀ ਪੀ ਸੀ ਨਹੀਂ ਹੈ, ਮਸਲਾ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਹੈ। ਇਹ ਅਸਲੀ ਟੈਸਟ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ਦਾ ਹੈ, ਕਿਉਂਕਿ ਜਿਹੜੇ ਇਹ ਮਸਲੇ ਹੁੰਦੇ ਹੈ ਇਹ ਪੋਲੀਟੀਕਲ ਲੈਵਲ 'ਤੇ ਟੇਕਅਪ ਹੋਇਆ ਕਰਦੇ। ਪਹਿਲਾਂ ਵੀ ਜਿਹੜਾ ਇਤਿਹਾਸ ਉਹ ਇਸ ਤਰ੍ਹਾਂ ਹੀ ਹੈ। ਐਸ ਜੀ ਪੀ ਸੀ ਨਹੀਂ, ਉਹ ਠੀਕ ਹੈ ਕਿ ਐਸ ਜੀ ਪੀ ਸੀ ਦੇ ਪ੍ਰਧਾਨ ਦਾ ਪਹਿਲਾਂ ਕੱਦ ਬਹੁਤ ਵੱਡਾ ਹੁੰਦਾ ਸੀਗਾ। ਹੁਣ ਇਸ ਸਾਲ 'ਚ ਆਪਾਂ ਵੀ ਦੇਖਿਆ ਨਾ, ਜਿਹੜੀ ਆਪਾਂ ਅਜੇ ਗੱਲ ਨਹੀਂ ਕੀਤੀ ਕਿ ਸਿੱਖ ਸੰਸਥਾਵਾਂ ਨੂੰ ਹੁਣ ਕੇਂਦਰ ਸਰਕਾਰ ਟਾਈਮ ਹੀ ਨਹੀਂ ਦੇ ਰਹੀ। ਉਹ ਸਰਕਾਰ ਵੀ ਕੋਈ ਓਪਰੀ ਨਹੀਂ ਹੈ, ਉਹ ਸਰਕਾਰ ਹੈ ਜਿਹਦੇ ਨਾਲ 22-23 ਸਾਲ ਇਸ ਪਾਰਟੀ ਦਾ 9 ਮਾਸ ਦਾ ਰਿਸ਼ਤਾ ਰਿਹਾ। ਸੋ ਬੜੀ ਅਜੀਬ ਜਿਹੀ ਸਿਚੁਏਸ਼ਨ, ਐਮਬੈਰਸਿੰਗ ਸਿਚੁਏਸ਼ਨ ਅਕਾਲੀ ਦਲ ਵਾਸਤੇ ਹੈਗੀ ਹੈ। ਰਾਦਰ ਇਹ ਹੁਣ ਟਰੈਪ ਪਹਿਲੀ ਵਾਰੀ ਇਸ ਲੈਵਲ 'ਤੇ ਆਇਆ ਹੈ। ਸਰ ਬਲਵੰਤ ਸਿੰਘ ਰਾਜਵਾਣੇ ਦਾ ਜਿਹੜਾ ਇਸ਼ੂ ਹੈ, ਇਸ਼ੂ ਬਹੁਤ ਵੱਡਾ ਹੈ। ਜੇ ਹੁਣ ਸਰਕਾਰ ਮਰਸੀ ਪਟੀਸ਼ਨ ਵਾਪਸ ਲੈ ਲਵੇ ਤੇ ਉਸ ਤੋਂ ਬਾਅਦ ਕੀ ਹੋਏਗਾ? ਅਮਿਤ ਸ਼ਾਹ ਹਾਊਸ ਦੇ ਵਿੱਚ ਕਹਿ ਚੁੱਕੇ ਹੈ
ਲੋਕ ਸਭਾ ਦੇ ਵਿੱਚ ਜਦੋਂ ਬੀਬੀ ਹਰਸਿਮਰਤ ਕੌਰ ਬਾਦਲ ਨੇ ਇਸ਼ੂ ਟੇਕ ਅਪ ਕੀਤਾ ਸੀਗਾ ਆਪਣੇ ਤਿੰਨ ਕਾਨੂੰਨਾਂ ਦੇ ਜਿਹੜੇ CRPC ਵਗੈਰਾ ਹੈਗੇ ਆ ਇਹਨਾਂ ਤੇ ਬਹਿਸ ਦੇ ਦੌਰਾਨ, ਤਾਂ ਉਹਨਾਂ ਨੇ ਕਿਹਾ ਸੀ ਬਈ ਇਹ ਜਿਹੜੀ ਮਰਸੀ ਪਟੀਸ਼ਨ ਹੈ ਜਿਹੜੇ ਜਿਹਨੇ ਕ੍ਰਾਈਮ ਕਮਿਟ ਕੀਤਾ ਉਹਦੇ ਵੱਲੋਂ ਹੋਣੀ ਚਾਹੀਦੀ ਹੈ। ਸੋ ਉਹ ਤਾਂ ਗੱਲ ਬੜੀ ਕਲੀਅਰ ਹੋ ਗਈ ਕਿ ਸਰਕਾਰ ਦਾ ਐਟੀਚਿਊਡ ਕੀ ਹੈ। ਹੁਣ ਤੱਕ ਇਹ ਕਲੀਅਰ ਨਹੀਂ ਹੋਇਆ ਕਿ ਇਹ ਸੱਜਣ ਜਿਹੜੇ ਟੇਕ ਅਪ ਕਰ ਰਹੇ ਹੈ ਭਾਈ ਰਾਜੂਆਣਾ ਦਾ ਕੇਸ, ਇਹਨਾਂ ਦਾ ਐਟੀਚਿਊਡ ਕੀ ਹੈ ਇਸ ਤੋਂ ਬਾਅਦ। ਸੋ ਇਹ ਗੱਲ ਫਸੀ ਹੋਈ ਹੈ। ਇਹ ਜਿਹੜਾ ਨਵਾਂ ਸਾਲ ਚੱਲ ਰਿਹਾ ਹੈ ਨਾ, ਇਹ ਅਕਾਲੀ ਦਲ ਵਾਸਤੇ ਘੱਟੋ ਘੱਟ ਖਾਸੇ ਚੈਲੇਂਜਸ ਲੈ ਕੇ ਸਾਹਮਣੇ ਆ ਰਿਹਾ। ਤੇ ਰਾਦਰ ਇਹੀ ਪਾਰਟੀ ਹੈ ਜਿਹਦੇ ਸਾਹਮਣੇ ਚਾਲੀ ਸਭ ਤੋਂ ਵੱਡੇ। ਹਾਂਜੀ ਜੀ, ਇਸੇ ਸਾਲ ਦੇ ਦੌਰਾਨ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਵੀ ਬਦਲੇ ਗਏ, ਔਰ ਪੁਰਾਣੇ ਜਥੇਦਾਰ ਸਾਹਿਬ ਤੇ ਇੱਕ ਐਲੀਗੇਸ਼ਨ ਲੱਗਦਾ ਸੀ ਕਿ ਰਾਘਵ ਚੱਡੇ ਦੀ ਉਹ ਅੰਗੇਜਮੈਂਟ ਪਾਰਟੀ ਤੇ ਉਹਦੇ ਵਿਆਹ ਚ ਪਤਾ ਨੀ ਸ਼ਾਮਿਲ ਹੋਏ ਸੀਗੇ ਤੇ ਕਿਉਂ ਹੋਏ, ਹੋਰ ਵੀ ਕਈ ਚੀਜ਼ਾਂ ਹੋਣਗੀਆਂ। ਪਰ ਅੱਜ ਕੱਲ੍ਹ ਵੀ ਉਹ ਅੱਜ ਕੱਲ੍ਹ ਕਾਫ਼ੀ ਐਕਟਿਵ ਵੀ ਨੇ ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਦੇ ਤੌਰ ਤੇ। ਸ਼ਾਇਦ ਅਕਾਲ ਤਖ਼ਤ ਦੇ ਜਥੇਦਾਰ ਤੌਰ ਤੇ ਓਨੇ ਐਕਟਿਵ ਨਹੀਂ ਸੀਗੇ ਜਿੰਨੇ ਕੁ ਹੋਣ ਲੱਗਦੇ ਨੇ। ਕਈ ਵਾਰ ਉਹ ਪੋਲੀਟੀਕਲ ਬਿਆਨ ਕਾਫ਼ੀ ਇਹਨਾਂ ਮੁੱਦਿਆਂ ਦੇ ਉੱਤੇ ਦਿੰਦੇ ਨੇ। ਔਰ ਪਰ ਜਿਹੜਾ ਇਦੋਂ ਵੀ ਇੱਕ ਵੱਡਾ ਮੁੱਦਾ ਸਾਡੇ ਸਾਹਮਣੇ ਹੈ, ਜੋ ਰੋਲ ਅਕਾਲ ਤਖ਼ਤ ਦਾ ਹੁੰਦਾ ਜਾਂ ਬਾਕੀ, ਮੇਰੇ ਖਿਆਲ ਅਕਾਲ ਤਖ਼ਤ ਨੇ ਇੱਕ ਨਵੀਂ ਮਰਿਆਦਾ ਸੈੱਟ ਵੀ ਕੀਤੀ ਹੈ ਕਿ ਉਹ ਜੇਲ੍ਹ 'ਚ ਜਾ ਕੇ ਜਥੇਦਾਰ ਸਾਹਿਬ ਖੁਦ ਮਿਲ ਕੇ ਆਏ ਭਾਈ ਰਾਜੋਆਣਾ ਨੂੰ। ਨੋਰਮਲੀ ਤਾਂ ਹੁਕਮ ਭੇਜ ਦਿੰਦੇ ਜਾਂ ਦੋ ਬੰਦਿਆਂ ਨੂੰ ਜਾਂ ਜੋ ਵੀ ਮਰਜ਼ੀ ਕਰਦੇ, ਉਹ ਇੱਕ ਅਲੱਗ ਗੱਲ ਹੈ। ਹੁਣ ਜਿਹੜਾ ਮਾਮਲਾ ਸੀ ਕੈਨੇਡਾ ਨਾਲ ਬੇਸਡ ਜਾਂ ਅਮਰੀਕਾ ਨਾਲ ਬੇਸਡ ਜਿਹੜਾ ਇਸ ਲੈਵਲ ਦਾ ਸੀ, ਇੱਥੇ ਕੋਈ ਬਹੁਤ ਜ਼ਿਆਦਾ ਜਥੇਦਾਰ ਸਾਹਿਬ ਵੱਲੋਂ ਵੀ ਪ੍ਰੋਪਰ ਤਰੀਕੇ ਨਾਲ SGPC ਅਕਾਲੀ ਦਲ ਥੋੜਾ ਬਹੁਤ ਕਿਤੇ ਮਾੜੇ ਮੋਟੇ ਬਿਆਨ ਆਇਆ, ਪਰ ਡਿੱਠ ਕੇ ਕੋਈ ਗੱਲ ਨਹੀਂ ਸੀ ਹੋਈ। ਸਾਡੀ ਸਰਕਾਰ ਨੇ ਤਾਂ, ਆਮ ਆਦਮੀ ਪਾਰਟੀ ਦੀ ਸਰਕਾਰ ਨੇ ਤਾਂ ਇਸ ਮੁੱਦੇ ਤੇ ਕੈਨੇਡਾ ਵਾਲੇ ਤੇ, ਬਾਕੀ ਛੱਡੋ ਕਿ ਫੋਰਨ ਮਾਮਲੇ ਚ ਕੀ ਕਰਨਾ, ਜਦੋਂ ਉਹਨਾਂ ਨੇ ਬੀਜੇ ਤੇ ਪਾਬੰਦੀ ਲਾ ਤੀ, ਬਾਕੀ ਇਹਨਾਂ ਗੱਲਾਂ ਤੇ ਵੀ ਨਹੀਂ ਬੋਲਿਆ, ਕੋਈ ਬਿਆਨ ਕਦੇ ਨਹੀਂ ਆਇਆ, ਖਾਮੋਸ਼ੀ ਹੀ ਧਾਰ ਲਈ ਬਿਲਕੁਲ ਪੂਰੇ ਸਾਲ ਦੇ ਦੌਰਾਨ। ਫਿਰ ਆਪ ਹੀ ਚਲੋ ਬੀਜਾ ਬੂਜਾ ਖੁੱਲ ਗਿਆ, ਕੋਈ ਇੰਟਰਨੈਸ਼ਨਲ ਮਾੜਾ ਮੋਟਾ ਪ੍ਰੈਸ਼ਰ ਵੀ ਹੁੰਦਾ, ਕਈ ਚੀਜ਼ਾਂ ਹੁੰਦੀਆਂ ਨੇ, ਉਹ ਇੱਕ ਅਲੱਗ ਗੱਲ ਹੈ। ਪਰ ਜਦੋਂ ਅਸੀਂ ਇਹ ਕਲੇਮ ਕਰਦੇ ਹਾਂ ਕਿ ਪੰਜਾਬ ਪੇਕਾ ਘਰ ਹੈ NRI ਦਾ, ਖਾਸ ਤੌਰ ਤੇ ਇੱਥੋਂ ਦਾ, ਅਸੀਂ ਆਹ ਕਰਾਂਗੇ ਉਹ ਕਰਾਂਗੇ, ਤੇ ਫਿਰ ਤੁਸੀਂ ਉਹਦੇ ਚ ਖਾਮੋਸ਼ ਹੀ ਹੋ ਜਾਂਦੇ ਹੋ, ਤਾਂ ਇਹ ਉਮੀਦ ਕਿਵੇਂ ਬੁਝਾਏਗਾ ਨਵੇਂ ਸਾਲ ਦੇ ਵਿੱਚ ਜੇ ਪੁਰਾਣੇ ਸਾਲ ਚ ਸਾਡਾ ਬਿਹੇਵੀਅਰ ਹੋ ਜਾਂਦਾ। ਇਹ ਬੜੀ ਅਜੀਬ ਸਿਚੁਏਸ਼ਨ ਬਣ ਗਈ। ਦੇਖੋ ਇਹ ਇਸ਼ੂ ਬਹੁਤ ਵੱਡਾ ਸੀਗਾ, ਰਾਦਰ ਜੇ ਕਿਹਾ ਜਾਵੇ ਕਿ ਸਿੱਖ ਇਸ਼ੂ ਇਸ ਵੇਲੇ ਜੀਓ ਪੋਲੀਟੀਕਲ ਲੈਵਲ ਤੇ ਹਿੰਦੁਸਤਾਨ ਦੀ ਸਰਕਾਰ ਦੇ ਰਿਲੇਸ਼ਨ ਡਿਕਟੇਟ ਕਰ ਰਿਹਾ USA ਦੇ ਕੈਨੇਡਾ ਨਾਲ, ਤੇ ਗਲਤ ਨਹੀਂ ਹੋਏਗਾ। ਇਹਨਾਂ ਦੇ ਦੋਵਾਂ ਸਰਕਾਰਾਂ ਨਾਲ ਇਹ ਸਿੱਖ ਇਸ਼ੂ ਵਿੱਚ ਆਇਆ। ਹਰਦੀਪ ਸਿੰਘ ਨਿੱਜਰ ਦੇ ਕਤਲ ਤੋਂ ਬਾਅਦ, ਹਰਦੀਪ ਸਿੰਘ ਨਿੱਜਰ ਨੂੰ ਇੰਡੀਆ ਗੌਰਮੈਂਟ ਨੇ ਟੈਰਰਿਸਟ ਡਿਕਲੇਅਰ ਕੀਤਾ ਹੋਇਆ ਸੀਗਾ, ਉਹ ਸਰੀ ਗੁਰਦੁਆਰੇ ਦੇ ਪ੍ਰਧਾਨ ਵੀ ਸੀ, ਤੇ ਉਹਦਾ ਕਤਲ ਉੱਥੇ ਕੈਨੇਡਾ 'ਚ ਹੁੰਦਾ, ਤੇ ਅਲਟੀਮੇਟਲੀ ਕੈਨੇਡਾ ਦਾ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਕੁਛ ਮਹੀਨਿਆਂ ਬਾਅਦ ਇਹ ਬਿਆਨ ਦਿੰਦਾ ਕਿ ਸਾਡੇ ਕੋਲ ਕ੍ਰੈਡੀਬਲ ਐਲੀਗੇਸ਼ਨ ਲਫ਼ਜ਼ ਵਰਤੇ ਸੀਗੇ ਕਿ ਇੰਡੀਆ ਗੌਰਮੈਂਟ ਦੀਆਂ ਏਜੰਸੀਆਂ ਇਸ ਮਰਡਰ ਦੇ ਵਿੱਚ ਇਨਵਾਲਵ ਹੈ। ਤੇ ਬਿਆਨ ਦੇਣ ਤੋਂ ਪਹਿਲਾਂ ਇਹ ਇਸ਼ੂ ਗੌਰਮੈਂਟ ਆਫ ਇੰਡੀਆ ਨਾਲ ਉਹਨਾਂ ਨੇ ਟੇਕ ਅਪ ਕੀਤਾ ਹੋਇਆ ਸੀ, ਔਰ USA ਨੇ ਵੀ ਟੇਕ ਅਪ ਕੀਤਾ ਹੋਇਆ, ਜੋ ਬਾਈਡਨ ਨੇ ਵੀ ਟੇਕ ਅਪ ਕੀਤਾ ਹੋਇਆ ਸੀਗਾ। ਸੋ ਜਦੋਂ ਉਸ ਲੈਵਲ ਤੇ ਇਸ਼ੂ ਟੇਕ ਅਪ ਜਿਹੜੇ ਹੋਣ, ਉਹ ਇਸ਼ੂ ਬਹੁਤ ਵੱਡੇ ਹੁੰਦੇ ਆ। ਨਾਲ ਉੱਠ ਪਿਆ ਗੁਰਪਤਵੰਤ ਸਿੰਘ ਪੰਨੂ, ਸਿੱਖ ਫਾਰ ਜਸਟਿਸ ਦੇ ਲੀਗਲ ਐਡਵਾਈਜ਼ਰ, ਉਹ ਵੀ ਟੈਰਰਿਸਟ ਡਿਕਲੇਅਰ ਕੀਤੇ ਹੋਏ।
ਤੇ ਅਮਰੀਕਾ ਨੇ ਕਿਹਾ ਕਿ ਇੰਡੀਅਨ ਏਜੰਸੀਜ਼ ਦੀ ਕੰਸਪੀਰੇਸੀ ਉਹਨੂੰ ਮਾਰਨ ਦੀ ਸੀ, ਐਕਸਪੋਜ਼ ਹੋ ਗਿਆ ਸਾਰਾ। ਹੁਣ ਉਹਨਾਂ ਨੇ ਪ੍ਰੂਫ ਵੀ ਦੇ ਤੇ ਅੱਗੇ ਗੱਲ ਚੱਲ ਰਹੀ ਹੈ, ਬਾਕੀ ਇਨਕੁਆਇਰੀ ਚੱਲ ਰਹੀ ਹੈ। ਇਸ਼ੂ ਬਹੁਤ ਵੱਡਾ ਬਣ ਗਿਆ, ਮਤਲਬ ਇਹ ਸੋਚ ਨਹੀਂ ਸਕਦੇ ਆਪਾਂ 2 ਸਾਲ ਪਹਿਲਾਂ ਕਿ ਸਿੱਖ ਇਸ਼ੂ ਇੱਕ ਵਾਰੀ ਫਿਰ ਜਿਹੜੀ ਹਿੰਦੁਸਤਾਨ ਦੀ ਫੋਰਨ ਪਾਲਿਸੀ ਹੈ ਉਹ ਵੀ ਡਿਕਟੇਟ ਕਰਨਗੇ। ਇਹਦੀ ਗ੍ਰੈਵਿਟੀ ਉਹ ਹੈ ਸਿਚੁਏਸ਼ਨ ਦੀ। ਔਰ ਅਜੀਬ ਗੱਲ ਇਹ ਹੈ ਕਿ ਜਦੋਂ ਕੈਨੇਡਾ ਦਾ ਇਸ਼ੂ ਆਇਆ, ਵੀਜ਼ੇ ਬੰਦ ਹੋ ਗਏ, ਸਾਡੀ ਜਿਹੜੀ ਸਟੇਟ ਗੌਰਮੈਂਟ ਹੈ, ਸਾਡੇ ਮੁੱਖ ਮੰਤਰੀ ਇੱਕ ਲਫ਼ਜ਼ ਨਹੀਂ ਬੋਲੇ। ਹੁਣ ਕੱਲ੍ਹ ਲੁਧਿਆਣੇ NRA ਦੀਆਂ ਕਾਨਫਰੰਸਾਂ ਕੀਤੀਆਂ, ਸਭ ਕੁਛ ਉਹਨਾਂ ਵਾਸਤੇ ਗੱਲ ਕਰ ਰਹੇ ਹੈ, ਲੇਕਿਨ ਜਿਹੜਾ ਕਰੂਸ਼ਲ ਇਸ਼ੂ ਸੀਗਾ ਉਹਦੇ ਬਾਰੇ ਚੁੱਪੀ ਕਿਉਂ ਸੀਗੀ? ਇਹ ਸਿਰਫ ਇਹਨਾਂ ਦੀ ਚੁੱਪ ਨਹੀਂ ਸੀਗੀ। ਇਸ਼ੂ ਸਿੱਖ ਡੋਮੇਨ ਦਾ ਹੋਵੇ ਤੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਚੁੱਪ ਹੋਵੇ, SGPC ਦਾ ਪ੍ਰਧਾਨ ਚੁੱਪ ਹੋਵੇ, ਅਕਾਲ ਤਖ਼ਤ ਦਾ ਜਥੇਦਾਰ ਚੁੱਪ ਹੋਵੇ, ਸਾਰੇ ਇਸ਼ੂਸ ਕਿਉਂ? ਸੋ ਇਹ ਜਵਾਬਦੇਹੀ ਬਣਦੀ ਹੈ। ਤੁਸੀਂ ਇਹ ਨਹੀਂ ਕਹਿ ਸਕਦੇ ਵੀ ਇਹ ਹੁਣ ਜੇ ਬਲਵੰਤ ਸਿੰਘ ਰਾਜਵਾਨ ਦੀ ਰਿਹਾਈ ਤੁਸੀਂ ਮੰਗ ਰਹੇ ਹੈ, ਫਿਰ ਤੁਸੀਂ ਇਹ ਤਾਂ ਕਹਿ ਨਹੀਂ ਸਕਦੇ ਵੀ ਜਿਹੜੇ ਇਸ਼ੂਜ ਆਰਮ ਸਟਰਗਲ ਨਾਲ ਰਿਲੇਟਡ ਹੈ ਉਹ ਅਸੀਂ ਟੇਕਅਪ ਨਹੀਂ ਕਰਨੇ। ਉਹਦੇ ਇਸ਼ੂ ਟੇਕ ਪਰ ਜਿਹੜੇ ਜੰਗੀ ਆਪਣੇ ਸਿੱਖ ਸਿਆਸੀ ਕੈਦੀ ਹੈਗੇ ਆ, ਉਹ ਤਾਂ ਉਸ ਸੰਘਰਸ਼ ਨਾਲ ਜੁੜੇ ਹੋਏ ਹੈ ਜਿਹਦੇ ਨਾਲ ਹਰਦੀਪ ਸਿੰਘ ਨਿੱਜਰ ਵੀ ਜੁੜਿਆ ਸੀਗਾ ਤੇ ਗੁਰਪ੍ਰਤਾਪ ਸਿੰਘ ਪੰਨੂ ਤਾਂ ਕਹਿੰਦਾ ਮੈਂ ਤਾਂ ਸ਼ਾਂਤਮਈ ਕੰਮ ਕਰ ਰਿਹਾ, ਉਹ ਤਾਂ ਹਥਿਆਰਾਂ ਦੀ ਗੱਲ ਨਹੀਂ ਕਰਦਾ। ਲੇਕਿਨ ਹਰਦੀਪ ਸਿੰਘ ਨਿੱਜਰ ਬਾਰੇ ਤਾਂ ਇਹ ਕਹਿੰਦੇ ਆ ਨਾ ਵੀ ਇਹ ਜੁੜਿਆ ਹੋਇਆ ਸੀਗਾ ਹਥਿਆਰਬੰਦ ਦੇ ਨਾਲ। ਜੇ ਇਹ ਇਸ਼ੂ ਟੇਕਅਪ ਕਰ ਰਹੇ ਹੈ ਤੇ ਉਹ ਇਸ਼ੂ ਤੇ ਆਪਣਾ ਮੂੰਹ ਕਿਉਂ ਬੰਦ ਕੀਤਾ ਪਿਆ? ਇਸ਼ੂ ਸਿੱਖਾਂ ਦੇ ਇਸ਼ੂ ਹੋਣ ਔਰ ਡਿਕਟੇਟ ਕਰ ਰਹੇ ਹੋਣ, ਇਹ ਬੜੀ ਅਜੀਬ ਸਿਚੁਏਸ਼ਨ ਹੈ। ਇਹ ਸਿੱਖ ਡੋਮੇਨ ਚ ਪਹਿਲੀ ਵਾਰੀ ਇਹ ਦੇਖਣ ਨੂੰ ਮਿਲੀ ਹੈ। ਇਹ ਆਪਣੇ ਆਪ ਦੇ ਵਿੱਚ ਸਿੱਖਾਂ ਵਾਸਤੇ, ਸਿੱਖ ਲੀਡਰਸ਼ਿਪ ਵਾਸਤੇ ਚੱਲੇ ਜਾਂਦਾ। ਮੁੱਦੇ ਹੋਰ ਵੀ ਬਹੁਤ ਨੇ, ਕਿਸਾਨਾਂ ਦੇ, ਮਜ਼ਦੂਰਾਂ ਦੇ, ਵਪਾਰੀਆਂ ਦੇ, ਕਾਰੋਬਾਰੀਆਂ ਦੇ, ਬਥੇਰੇ ਮੁੱਦੇ ਨੇ ਜਿਹੜੇ ਕੋਈ ਸਰਕਾਰਾਂ ਨਾਲ ਵੀ ਮਤਲਬ ਵਿਵਸਥਾ ਨੇ, ਸਾਰੇ ਮੁੱਦੇ ਤਾਂ ਵੈਸੇ ਉਸ ਨਾਲ ਸੰਬੰਧਿਤ ਨੇ, ਪਰ ਸਾਰੇ ਸ਼ਾਇਦ ਇੱਕੋ ਗੱਲ ਦੇ ਵਿੱਚ ਨਹੀਂ। ਉਹ ਕਹਿੰਦੇ ਜਾਂਦੇ ਇੱਕ ਸੰਖੇਪ ਦੇ ਵਿੱਚ ਆਪਾਂ ਮੀਡੀਆ ਨਾਲ ਸੰਬੰਧਿਤ, ਕਿਉਂਕਿ ਅਸੀਂ ਰੋਜ਼ ਗੱਲ ਕਰਦੇ ਹਾਂ ਨਾਲ ਹੀ, ਹੈ ਕਿ ਮੀਡੀਆ ਦਾ ਕੀ ਸਾਲ ਦੇ ਵਿੱਚ ਜਿਹੋ ਜਿਹਾ ਰਿਹਾ। ਔਰ ਇੱਕ ਗੱਲ ਐਡਵਰਟਾਈਜਮੈਂਟਸ ਦੀ ਬੜੀ ਚੱਲੀ ਹੈ, ਕਹਿੰਦੇ ਪੈਸੇ ਬਹੁਤ ਚੱਲਦੇ ਰਹੇ, ਇਸ ਕਰਕੇ ਜਿਹੜਾ ਕਿਸਾਨ ਅੰਦੋਲਨ ਦੌਰਾਨ ਸੋਸ਼ਲ ਮੀਡੀਆ ਵੀ ਪੈਦਾ ਹੋਇਆ ਸੀ, ਦੂਜਾ ਤਾਂ ਖੈਰ ਮੇਨ ਸਟ੍ਰੀਮ ਮੀਡੀਆ ਤਾਂ ਅੱਜ ਕੱਲ ਕਹਿੰਦੇ ਨੇ ਸਰਕਾਰ ਖਜ਼ਾਨੇ ਭਰ ਰਹੀ ਹੈ ਅਖਬਾਰਾਂ ਦੇ ਤੇ ਟੈਲੀਵਿਜ਼ਨਾਂ ਦੇ, ਤੇ ਕੁਝ ਉਹਨਾਂ ਦੇ ਵੀ ਭਰਤੇ ਤੇ ਉਹ ਖਾਮੋਸ਼ ਜਿਹੇ ਹੀ ਹੋ ਗਏ। ਜਿਹੜੇ ਕ੍ਰਿਟੀਕਲ ਇੱਕ ਐਨਾਲਿਸਿਸ ਜਿਹੜਾ ਜਰਨਲਿਜ਼ਮ ਦਾ ਕੰਮ ਹੁੰਦਾ ਹੈ ਉਹ ਕਾਫੀ ਹੱਦ ਤੱਕ ਮੇਰੇ ਖਿਆਲ ਨਾਲ ਉਹਦਾ ਤੇ ਅਸਰ ਅੰਦਾਜ਼ ਹੋ ਰਿਹਾ। ਕੱਲਾ ਗੌਰਮੈਂਟ ਆਫ ਇੰਡੀਆ ਨੂੰ ਮੋਦੀ ਕਹਿੰਦੇ ਸੀ ਨਾ ਮੋਦੀ ਮੀਡੀਆ ਜਿਹੜਾ, ਉਹਨਾਂ ਨੂੰ ਤਾਂ ਜਿਹੜੇ ਨੈਸ਼ਨਲ ਚੈਨਲ ਜਾਂ ਹੋਰ ਉਹ ਮੋਦੀ ਸਾਹਿਬ ਦੀ ਭਗਤੀ ਚ ਜ਼ਿਆਦਾਤਰ ਬੋਲਦੇ ਨੇ ਜਾਂ ਬਾਕੀ ਰਹੇ, ਔਰ ਬਹੁਤ ਸਾਰੇ ਪੱਤਰਕਾਰ ਮੇਨ ਸਟ੍ਰੀਮ ਨੈਸ਼ਨਲ ਮੀਡੀਆ ਦੇ ਵਿੱਚੋਂ ਆਪਣੇ ਪਰਸਨਲ ਯੂਟਿਊਬ ਚੈਨਲਾਂ ਤੇ ਆ ਗਏ, ਕਿਉਂਕਿ ਉੱਥੇ ਉਹਨਾਂ ਨੂੰ ਲੱਗਿਆ ਕਿ ਨਹੀਂ ਚੱਲ ਹੀ ਨਹੀਂ ਰਿਹਾ ਹੁਣ ਉਸ ਲੈਵਲ ਦਾ ਮਾਹੌਲ ਨਹੀਂ ਹੈ ਜੇ। ਤਾਂ ਪੰਜਾਬ ਵੀ ਕੋਈ ਵੱਖਰਾ ਨਹੀਂ ਹੈ, ਮਤਲਬ ਪੰਜਾਬ ਦੀ ਸਰਕਾਰ ਦੇ ਲੈਵਲ ਤੇ ਵੀ ਇਹ ਗੱਲਾਂ ਉਸੇ ਰੂਪ ਦੇ ਵਿੱਚ ਕਿਸੇ ਨਾ ਕਿਸੇ ਰੂਪ ਚ ਤਾਂ ਦਿਖਾਈ ਦੇ ਹੀ ਰਹੀ ਪੂਰੇ ਸਾਲ ਚ। ਨਹੀਂ, ਬੜੀ ਅਜੀਬ ਸਿਚੁਏਸ਼ਨ ਹੈ। ਦੇਖੋ, ਇੱਕ ਜਿਹੜਾ ਇਸ਼ੂ ਕਦੇ ਡਿਸਕਸ ਨਹੀਂ ਸੀ ਹੁੰਦਾ ਉਹ ਸੀਗਾ ਤੁਹਾਡੇ ਆ ਝਾਕੀਆਂ ਦਿੱਲੀ ਜਾਂਦੀਆਂ 26 ਜਨਵਰੀ। ਹੁਣ 3 ਦਿਨ ਤੋਂ ਇਸੇ ਤੇ ਹੀ ਮੀਡੀਆ ਚ ਬਹਿਸ ਚੱਲ ਰਹੀ ਹੈ ਤੇ ਲੀਡਰਾਂ ਚ ਬਹਿਸ ਚੱਲ ਰਹੀ ਹੈ। ਇਹ ਪਹਿਲਾਂ ਨਹੀਂ ਸੀ, ਇਹ ਕਹਿੰਦਾ ਪਹਿਲੀ ਵਾਰੀ ਹੋਇਆ ਸੀਗਾ। ਠੀਕ ਹੈ ਵੀ ਇਹਦੇ ਪਿੱਛੇ ਐਰਕੀ ਕੋਈ ਸਿਆਸਤ ਹੋ ਸਕਦੀ ਹੈ, ਜਿਹੋ ਜਿਹੇ ਇਸ਼ੂਜ਼
ਇਹ ਫਾਰਵਰਡ ਬਣਾਈ ਸੀ ਇਹਨਾਂ ਨੇ ਦੇਸ਼ ਭਗਤੀ ਦੀ, ਇਸ ਕਰਕੇ ਇਸ਼ੂ ਟੇਕਅਪ ਹੋ ਰਹੇ, ਆਪਣੇ ਜ਼ਰਾ ਜ਼ੋਰ ਫੜ ਗਏ। ਹੁਣ ਗੱਲ ਆਪਾਂ ਮੀਡੀਆ ਦੇ ਰੋਲ ਦੀ ਕਰ ਰਹੇ ਹਾਂ, ਬਈ ਲਗਾਤਾਰ ਜਿਹੜੇ ਇਹੋ ਜਿਹੇ ਇਸ਼ੂਜ਼ ਹੈਗੇ ਆ ਉਹਨਾਂ 'ਤੇ ਤਾਂ ਫੋਕਸ ਹੋ ਰਿਹਾ। ਹੁਣ ਤੁਸੀਂ ਲਓ ਵੀ ਜਿਹੜੀ ਕਿਸਾਨਾਂ ਦੀ ਆਤਮ ਹੱਤਿਆਵਾਂ ਉਹ ਹੋ ਰਹੀਆਂ, ਲੋਕ ਮਜ਼ਦੂਰਾਂ ਦਾ ਹੋ ਰਹੀਆਂ, ਲੋਕ ਡਰੱਗਸ ਨਾਲ ਮਰ ਰਹੇ ਆ, ਹੁਣ ਖਬਰਾਂ ਕਿਤੇ ਅੰਦਰ ਛਪ ਜਾਂਦੀਆਂ, ਇਹ ਹਾਲਤ ਹੋਈ ਵੀ ਹੈ। ਔਰ ਆਪਣੇ ਮੀਡੀਆ ਅਦਾਰੇ ਹੈਗੇ ਹੈ, ਫਾਇਦਾ ਤਾਂ ਅਮੀਰ ਜੀ ਉਹਨਾਂ ਨੂੰ ਹੈ, ਜਿਹੜੇ ਲੋਕ ਉਹਦੇ 'ਚ ਕੰਮ ਕਰਦੇ ਹੈ ਉਹ ਤਾਂ ਇੰਪਲਾਈਜ ਹੈਗੇ ਆ, ਉਹ ਤਾਂ ਉੱਥੇ ਹੀ ਖੜੇ। ਹਾਂ, ਜਿਹਨਾਂ ਨੇ ਕੁਛ ਲੋਕ ਕਿਸਾਨ ਅੰਦੋਲਨ ਨੇ ਬੜਾ ਕਮਾਲ ਦਾ ਫੈਨਾਮਨਾ ਕੀਤਾ ਸੀ, ਉਹਦੇ ਵਿੱਚੋਂ ਉਸ ਸਮੇਂ ਕੁਛ ਨਵੇਂ ਅਦਾਰੇ ਨਿਕਲੇ ਮੀਡੀਆ ਦੇ, ਜਿਹੜੇ ਗੋਦੀ ਮੀਡੀਆ ਨੂੰ ਗਾਲਾਂ ਕੱਢਦੇ ਹੁੰਦੇ ਸੀਗੇ ਬਈ ਅਸੀਂ ਹੁਣ ਇੰਡੀਪੈਂਡੈਂਟ ਹੈ। ਲੇਕਿਨ ਜੇ ਹੁਣ ਦੇਖੋ ਤੁਸੀਂ ਤੇ ਉਹ ਅਦਾਰੇ ਜਿਹੜੇ ਇਸ ਨਾਰੇ ਤੇ ਬਣੇ ਸੀਗੇ ਉਹ ਵੀ ਉੱਥੇ ਹੀ ਚਲੇ ਗਏ ਗੋਦੀ ਮੀਡੀਆ ਵਾਲੇ ਰੂਪ ਦੇ ਵਿੱਚ। ਸੋ ਇਹ ਕੰਟੀਨਿਊਸ ਪ੍ਰੋਸੈਸ ਹੈ, ਅਸੀਂ ਕਿਸੇ ਨੂੰ ਬਲੇਮ ਨਹੀਂ ਕਰਦੇ, ਮਜਬੂਰੀਆਂ ਸੌ ਤਰ੍ਹਾਂ ਦੀਆਂ ਹੁੰਦੀਆਂ, ਲੇਕਿਨ ਮੀਡੀਆ ਦਾ ਆਪਣਾ ਰੋਲ ਹੈ ਤੇ ਮੈਂ ਐਕਸਪੈਕਟ ਕਰਦਾ ਕਿ ਆਉਣ ਵਾਲੇ ਸਾਲ ਦੇ ਵਿੱਚ ਮੀਡੀਆ ਆਪਣੇ ਜ਼ੋਰ ਸ਼ੋਰ ਦੇ ਨਾਲ ਆਪਣਾ ਪਹਿਰਾ ਦਿੰਦਾ ਰਹੇਗਾ। ਵਾਸਤ ਬੀਤੇ ਦੀਆਂ ਜਿਹੜੀਆਂ ਪ੍ਰਾਪਤੀਆਂ ਤੇ ਮਾਣ ਕਰਦੇ ਹੋਏ, ਜਿਹੜੀਆਂ ਕਮਜ਼ੋਰੀਆਂ ਨੇ, ਲਾਪਰਵਾਹੀਆਂ ਨੇ, ਉੱਤੇ ਉਂਗਲ ਰੱਖ ਕੇ ਉਹਨਾਂ ਦਾ ਵਿਸ਼ਲੇਸ਼ਣ ਕਰਦੇ ਹੋਏ ਸ਼ਾਇਦ ਨਵੇਂ ਸਾਲ ਨੂੰ ਖੁਸ਼ਾਮਦੀਦ ਕਿਹਾ ਜਾ ਸਕਦਾ। ਨਹੀਂ ਤਾਂ ਜੇ ਉਵੇਂ ਹੀ ਹੈ ਫਿਰ ਤਾਂ ਉਹ ਦਿਨ ਵੀ ਉਹੋ ਜਿਹਾ ਹੀ ਹੁੰਦਾ ਜੇ ਚਰਚਾ ਹੀ ਕਰਨ ਲੱਗਿਆ ਇੱਕ ਸਾਲ ਤੋਂ ਬਾਅਦ। ਵੈਸੇ ਤਾਂ ਕਹਿੰਦੇ ਬੰਦਾ ਪਲ ਪਲ ਬਦਲਦਾ, ਹਰ ਰੋਜ਼ ਦੀ ਚਰਚਾ ਕਰਨ ਦੀ ਲੋੜ ਹੁੰਦੀ ਹੈ ਠੀਕ ਹੋਣ ਲਈ, ਤਾਂ ਸਾਲ ਦਾ ਸਮਾਂ ਕਾਫੀ ਜ਼ਿਆਦਾ ਹੁੰਦਾ। ਪਰ ਸਾਲ ਬਾਅਦ ਵੀ ਜੇਕਰ ਗੰਭੀਰਤਾ ਨਾਲ ਸੋਚ ਕੇ ਅਗਲੇ ਕਦਮ ਕੁਛ ਨਾ ਕੁਛ ਉਠਾਏ ਜਾਣ ਤਾਂ ਸ਼ਾਇਦ ਭਲਾ ਹੀ ਹੋ ਜੇ ਸਾਰੇ ਸੁਸਾਇਟੀ ਦਾ, ਸਾਰੇ ਉਹਨਾਂ ਲੋਕਾਂ ਦਾ ਜਿਹੜੇ ਬੰਦੇ ਮਹਿਸੂਸ ਕਰਦੇ ਨੇ ਕਿ ਕੋਈ ਨਾ ਕੋਈ ਤਬਦੀਲੀ ਪਾਜ਼ਿਟਿਵ ਪਾਸੇ ਆਉਣੀ ਚਾਹੀਦੀ ਹੈ। ਨਹੀਂ ਤਾਂ ਫਿਰ ਬਦਲਾਅ ਬਦਲਾਅ ਦੇ ਤੌਰ ਤੇ ਲੱਗੇਗਾ, ਬਿਆਨਾਂ 'ਚ ਆਏਗਾ, ਤੇ ਉਹ ਬਦਲਾਅ ਲੋਕਾਂ ਦੀਆਂ ਜ਼ਿੰਦਗੀਆਂ 'ਚ ਨਹੀਂ ਆਏਗਾ ਪਾਜ਼ਿਟਿਵ ਪਾਸੇ ਵੱਲ। ਜੇ ਬਦਲਾਅ ਤਾਂ ਨੈਗੇਟਿਵ ਵੀ ਆਉਂਦਾ ਹੁੰਦਾ, ਅਗਰ ਨੈਗੇਟਿਵ ਵੀ ਆ ਸਕਦਾ ਜੇ ਪਾਜ਼ਿਟਿਵ ਪਾਸੇ ਨਹੀਂ ਚੱਲਿਆ ਜਾਊਗਾ ਫਿਰ। ਪਰ ਇਹ ਫਿਰ ਐਨਾਲਿਸਿਸ ਹੁਣ ਅਗਲੇ ਸਾਲ 'ਚ ਹੀ ਹੋਊਗਾ, ਇਹੋ ਜਿਹਾ ਲਗਾਤਾਰ ਕਰਦੇ ਰਹਾਂਗੇ। ਬਹੁਤ ਬਹੁਤ ਸ਼ੁਕਰੀਆ। ਅਸੀਂ ਆਸ ਕਰਦੇ ਹਾਂ ਕਿ ਜਿਹੜਾ ਬਦਲਾਅ ਹੈ ਇਹ ਪਾਜ਼ਿਟਿਵ ਵਾਲੇ। ਥੈਂਕ ਯੂ ਵੈਰੀ ਮਚ।